ਸਤਿ ਸ਼੍ਰੀ ਅਕਾਲ ਜੀ ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜੀਟਿਵ ਵਾਈ ਪੰਜਾਬ ਦੇ ਉੱਤੇ ਦੋਸਤੋ ਅੱਜ ਲੈ ਕੇ ਆਏ ਹਾਂ ਤੁਹਾਡੇ ਸਾਹਮਣੇ ਪਟਵਾਰੀ ਮੇਨ ਐਗਜ਼ਾਮ ਵਾਸਤੇ ਐਗਰੀਕਲਚਰ ਦੀ ਮੈਰਾਥਨ ਪਾਰਟ ਨੰਬਰ 2 ਠੀਕ ਹੈ ਜੀ ਇਸ ਤੋਂ ਪਹਿਲਾਂ ਆਪਣੀ ਐਗਰੀਕਲਚਰ ਦੇ ਉੱਪਰ ਇੱਕ ਮੈਰਾਥਨ ਆ ਚੁੱਕੀ ਹੈ ਜੇ ਤੁਸੀਂ ਨਹੀਂ ਦੇਖੀ ਬੇਟੇ ਉਹ ਵੀ ਜ਼ਰੂਰ ਦੇਖਣੀ ਹੈ ਕਿਉਂਕਿ ਉਹਦੇ ਵਿੱਚ ਵੀ ਆਪਾਂ ਮੋਸਟ ਇੰਪੋਰਟੈਂਟ ਕੁਐਸਚਨ ਕਰਵਾਏ ਹੋਏ ਆ ਜਿਹੜਾ ਪੇਪਰ ਪ੍ਰੀ ਹੋਇਆ ਸੀਗਾ ਲਗਭਗ ਉਹਦੇ ਵਿੱਚੋਂ ਹੀ ਕਾਫੀ ਕੁਸ਼ਨ ਆਪਣੇ ਰਿਪੀਟ ਹੋਏ ਸੀਗੇ ਪੇਪਰ ਦੇ ਵਿੱਚ ਤੇ ਦੂਜਾ ਮੈਰਾਥਨ ਕਾਫੀ ਲੇਟ ਆ ਰਹੀ ਆ ਬੇਟੇ ਕਈ ਵਾਰੀ ਨਾ ਚਾਹੁੰਦਿਆਂ ਹੋયા ਵੀ ਕੁਝ ਅਵਿਜਈਆਂ ਕੰਡੀਸ਼ਨਾਂ ਹੋ ਜਾਂਦੀਆਂ ਫੈਮਿਲੀ ਦੇ ਵਿੱਚ ਕੋਈ ਪ੍ਰੋਬਲਮ ਹੋ ਜਾਂਦੀਆਂ ਤੇ ਟਾਈਮ ਦੀ ਕਮੀ ਹੋਣ ਕਰਕੇ ਮੈਂ ਇਹ ਬੜੀ ਕੋਸ਼ਿਸ਼ ਕੀਤੀ ਮੇਰੀ ਕਿ ਰਾਤ ਤੱਕ ਪਾਦਾ ਬਟ ਮੈਂ ਪੂਰੀ ਰਾਤ ਕੰਟੈਂਟ ਲਿਖਣ ਤੇ ਲੱਗ ਗਿਆ ਤੇ ਹੁਣ ਰਿਕਾਰਡ ਕਰ ਰਿਹਾ ਸਵੇਰੇ ਤੇ ਹੋਪਫੁਲੀ ਕਿ ਤੁਹਾਨੂੰ ਇਹ ਹੈਲਪ ਕਰੂਗੀ ਚਲੋ ਕਹਿੰਦੇ ਹੁੰਦੇ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਚਲੋ ਕੁਝ ਤਾਂ ਤੁਹਾਡੇ ਪੱਲੇ ਪਊਗਾ ਨਾ ਤੁਸੀਂ ਇਹਨੂੰ ਚਾਹੇ ਫਾਸਟ ਕਰਕੇ ਦੇਖ ਲਿਓ ਠੀਕ ਹੈ ਹੋ ਸਕਦਾ ਵੀ ਇਹਦੇ ਵਿੱਚੋਂ ਪਰਮਾਤਮਾ ਕਰੇ ਕਿ ਆਪਣੀ ਮਿਹਨਤ ਸਫਲ ਹੋ ਜਾਵੇ ਦੋ ਚਾਰ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਜਾਣ ਪਟਵਾਰੀ ਇਗਜ਼ਾਮ ਦੇ ਵਿੱਚ ਤੇ ਬਾਕੀ ਪਾਰਟ 1 ਵੀ ਦੇਖਣਾ ਤੇ ਪਾਰਟ 2 ਵੀ ਦੇਖਣਾ ਹੈ ਤੇ ਵੀਡੀਓ ਨੂੰ ਬੇਟੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਬੱਚੇ ਨਵੇਂ ਨੇ ਹੁਣ ਤੱਕ ਠੀਕ ਹੈ ਜੀ ਚਲੋ ਸਟਾਰਟ ਕਰਦੇ ਆ ਬੇਟੇ ਤੇ ਕਲਾਸ ਨੂੰ ਪੂਰਾ ਜ਼ਰੂਰ ਦੇਖੋ ਚਾਹੇ ਫਾਸਟ ਕਰਕੇ ਦੇਖ ਲਿਓ ਸਕਿਪ ਨਾ ਕਰ ਪਹਿਲਸਟ ਕੁਐਸਚਨ ਤੋਂ ਸਟਾਰਟ ਕਰਦੇ ਆਂ ਰਾਜੇ ਕੀ ਕਹਿੰਦਾ ਬਸਾਈਡਸ ਰਬੀ ਐਂਡ ਖਰੀਫ ਵਿੱਚ ਇਸ ਦਾ ਥਰਡ ਕ੍ਰੌਪ ਸੀਜ਼ਨ ਇਨ ਇੰਡੀਆ ਤਾਂ ਇਜ਼ੀ ਕੁਐਸਚਨ ਆ ਰਾਜੇ ਕਿਉਂਕਿ ਦੇਖੋ ਜ਼ਰੂਰੀ ਨਹੀਂ ਹੈਗਾ ਕਿ ਲੈਵਲ ਜਿਆਦਾ ਆਪ ਪਾਊਗਾ ਆਪਾਂ ਇਜ਼ੀ ਕੁਐਸਚਨ ਵੀ ਕਰਕੇ ਜਾਣੇ ਆ ਤਾਂ ਤਿੰਨ ਮੇਨ ਸੀਜ਼ਨ ਮੰਨੇ ਜਾਂਦੇ ਆ ਰਬੀ ਖਰੀਫ ਤੇ ਜੈਦ ਠੀਕ ਹੈ ਜੀ ਜੈਦ ਹੈਗਾ ਥਰਡ ਸੀਜ਼ਨ ਇਹ ਸੀਜ਼ਨ ਰਬੀ ਤੇ ਖਰੀਫ ਦੇ ਵਿੱਚ ਕਾਰ ਵਾਲਾ ਸੀਜ਼ਨ ਹੈ ਤੇ ਬੇਸਿਕਲੀ ਇਹ ਆਉਂਦਾ ਕਦੋਂ ਆ ਰਾਜੇ ਇਹ ਆਪਣਾ ਮਾਰਚ ਮਾਰਚ ਤੋਂ ਲੈ ਕੇ ਆਇਆ ਆਇਆ ਕਹਿ ਲੋ ਮਾਰਚ ਤੋਂ ਲੈ ਕੇ ਜਿਹੜਾ ਜੂਨ ਦੇ ਵਿੱਚ ਕਾਰ ਜਿਹੜੇ 2-3 ਮਹੀਨੇ ਹੁੰਦੇ ਆ ਉਹ ਇਹ ਸੀਜ਼ਨ ਮੰਨਿਆ ਜਾਂਦਾ ਹੈ ਤੇ ਇਹਦੇ ਵਿੱਚ ਆਪਾਂ ਲਗਾਉਣੇ ਕੀ ਆ ਜਿਵੇਂ ਕੋਕੰਬਰ ਹੋ ਗਿਆ ਜਿਹਨੂੰ ਆਪਾਂ ਖੀਰਾ ਕਹ ਦਿੰਨੇ ਆ ਵਾਟਰਮੈਲਨ ਹੋ ਗਿਆ ਠੀਕ ਹੈ ਜੀ ਇਹ ਚੀਜ਼ਾਂ ਲੱਗਦੀਆਂ ਇਹਦੇ ਵਿੱਚ ਇਹ ਸੀਜ਼ਨ ਦੇ ਵਿੱਚ ਇਹ ਚੀਜ਼ਾਂ ਲਗਾਈਆਂ ਜਾਂਦੀਆਂ ਨੈਕਸਟ ਚੱਲਦੇ ਆ ਬੇਟੇ ਮੈਂ ਨਾ ਐਕਸਪਲੇਨੇਸ਼ਨ ਘੱਟ ਕਰੂੰਗਾ ਕਿਉਂਕਿ ਟਾਈਮ ਘੱਟ ਹੈ ਕਿ ਤੁਹਾਡਾ ਟਾਈਮ ਨਾ ਵੇਸਟ ਹੋਵੇ ਤੇ ਤੁਸੀਂ ਜਲਦੀ ਨਾਲ ਦੀ ਇੱਕ ਵੀਕ ਰਿਵੀਜ਼ਨ ਕਰ ਪਾਓ ਅੱਗੇ ਆ ਗਿਆ ਜੀ ਕਹਿੰਦਾ ਖਰੀਫ ਕ੍ਰੌਪ ਆਰ ਹਾਰਵੈਸਟਡ ਇਨ ਤੇ ਜਿਹੜੀ ਖਰੀਫ ਕ੍ਰੌਪ ਹੁੰਦੀ ਹੈ ਬੇਟੇ ਹਾਰਵੈਸਟ ਕਦੋਂ ਕੀਤੀ ਜਾਂਦੀ ਹੈ ਤਾਂ ਲਗਭਗ 1 ਅਕਤੂਬਰ ਨਵੰਬਰ ਦੇ ਵਿੱਚ ਕੀਤੀ ਜਾਂਦੀ ਹੈ ਠੀਕ ਹੈ ਜੀ ਹੁਣ ਜੇ ਮੈਨੂੰ ਮੰਨ ਲਓ ਮੈਂ ਖਰੀਫ ਦਾ ਦੱਸ ਦਸਤਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਕੀ ਹੈ ਰਬੀ ਦਾ ਦੱਸ ਦਿਓ ਠੀਕ ਹੈ ਰਬੀ ਦਾ ਦੱਸ ਦਿਓ ਓਕੇ ਹੈ ਜੀ ਚਲੋ ਨੈਕਸਟ ਚੱਲਦੇ ਆਪਾਂ ਅੱਗੇ ਆ ਗਿਆ ਕਹਿੰਦਾ ਜੀ ਫੋਰ ਵਿਚ ਆਫ ਦਾ ਫੋਲੋਇੰਗ ਇਜ਼ ਦਾ ਬਲੈਕ ਸੋਇਲ ਇਜ਼ ਨਾਟ ਵੈਰੀ ਸੂਟੇਬਲ ਆਪਾਂ ਨੂੰ ਪਤਾ ਹੈ ਵੀ ਸਭ ਤੋਂ ਜ਼ਿਆਦਾ ਸੂਟੇਬਲ ਕਿਹਦੇ ਵਾਸਤੇ ਹੈ ਇਹ ਕਪਾਹ ਵਾਸਤੇ ਜਿਹਨੂੰ ਆਪਾਂ ਕਹ ਦਿੰਨੇ ਆ ਕਾਟਨ ਕਾਟਨ ਵਾਸਤੇ ਸਭ ਤੋਂ ਜ਼ਿਆਦਾ ਸੂਟੇਬਲ ਹੈ ਠੀਕ ਹੈ ਜੀ ਇਹਨੂੰ ਰੈਗੂਰਸ ਵਾਇਲ ਵੀ ਕਿਹਾ ਜਾਂਦਾ ਹੈ ਹੁਣ ਨਾਟ ਪੁੱਛਿਆ ਦੇਖੋ ਮਤਲਬ ਕਿ ਕਪਾਹ ਵਾਸਤੇ ਤਾਂ ਹੋਊਗੀ ਹੋਊਗੀ ਹਨਾ ਬੇਟੇ ਤੇ ਵੀਟ ਵਾਸਤੇ ਵੀ ਹੁੰਦੀ ਹੈ ਪੋਟੈਟੋ ਵਾਸਤੇ ਵੀ ਹੁੰਦੀ ਹੈ ਬਟ ਇਹ ਗਰਾਊਂਡ ਨਟ ਵਾਸਤੇ ਨਹੀਂ ਹੁੰਦੀਗੀ ਠੀਕ ਹੈ ਗਰਾਊਂਡ ਨਟ ਕੀ ਆਪਣੀ ਮੂੰਗਫਲੀ ਜਿਹੜੀ ਹੋਗੀ ਮੂੰਗਫਲੀ ਜਿਹਨੂੰ ਆਪਾਂ ਕਹ ਦਿੰਨੇ ਆ ਉਹਦੇ ਵਾਸਤੇ ਨਹੀਂ ਹੈਗੀ ਸੂਟੇਬਲ ਅੱਗੇ ਚੱਲਦੇ ਆ ਜੀ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਆ ਅੱਗੇ ਅੱਗੇ ਜੀ ਕਹਿੰਦਾ ਹੈਡ ਕੁਆਰਟਰ ਠੀਕ ਹੈ ਨੈਫਰਡ ਕੀ ਹੁੰਦਾ ਬੇਟੇ ਇਹ ਵੀ ਪੁੱਛ ਲੈਂਦੇ ਆ ਨੈਸ਼ਨਲ ਐਗਰੀਕਲਚਰਲ ਠੀਕ ਹੈ ਕੋਰਪੋਰੇਟਿਵ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਠੀਕ ਹੈ ਜੀ ਇਹਦੀ ਫੁੱਲ ਫਾਰਮ ਵੀ ਯਾਦ ਰੱਖ ਲੈਣੀ ਬੇਟਾ ਕਈ ਵਾਰ ਫੁੱਲ ਫਾਰਮ ਪੁੱਛ ਲੈਂਦੇ ਆ ਇਹ ਆਪਣੀ ਲਗਭਗ 1958 ਚ ਬਣੀ ਸੀ 2 ਅਕਤੂਬਰ 1958 ਨੂੰ ਠੀਕ ਹੈ ਤੇ ਇਹ ਹੈਗੀ ਆ ਬੇਟੇ ਨਿਊ ਦਿੱਲੀ ਠੀਕ ਹੈ ਨਿਊ ਦਿੱਲੀ ਇਦਾ ਹੈਡਕੁਆਟਰ ਹੈ ਅੱਗੇ ਚੱਲਦੇ ਆ ਜੀ ਆਪਾਂ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਆ ਕੰਡਾ ਦਾ ਕ੍ਰੌਪ ਵਿੱਚ ਆਲ ਗਰੋਨਿੰਦਾ ਰੇਣੀ ਸੀਜ਼ਨ ਤਾਂ ਰੇਣੀ ਸੀਜ਼ਨ ਨਾ ਵਿੰਟਰ ਸੀਜ਼ਨ ਨਾ ਸਮਰ ਸੀਜ਼ਨ ਠੀਕ ਹੈ ਇਹ ਸਾਰੀਆਂ ਯਾਦ ਕਰ ਲੈਣੀਆਂ ਤੁਸੀਂ ਠੀਕ ਹੈ ਇਹ ਪੁੱਛਿਆ ਜਾ ਸਕਦਾ ਹੈ ਤਾਂ ਰੇਣੀ ਸੀਜ਼ਨ ਦੇ ਵਿੱਚ ਰਾਜੇ ਆਪਣੀ ਕਿਹੜੀ ਆਉਂਦੀ ਆ ਖਰੀਫ ਕ੍ਰੌਪ ਆਉਂਦੀ ਆ ਅੱਗੇ ਚੱਲਦੇ ਆ ਬੇਟੇ ਆਪਾਂ ਕਲਟੀਵੇਸ਼ਨ ਆਫ ਦਾ ਕਾਫੀ ਇਜ਼ ਕਨਫਾਈਂਡ ਟੂ ਵਿਚ ਦਾ ਫਾਲੋਇੰਗ ਹਿੱਲ ਠੀਕ ਹੈ ਜੀ ਕਾਫੀ ਦੀ ਜਿਹੜੀ ਕਲਟੀਵੇਸ਼ਨ ਹੁੰਦੀ ਹੈ ਤਾਂ ਇਹਦੇ ਬਾਰੇ ਵੀ ਤੁਸੀਂ ਪੜ੍ਹ ਲੈਣਾ ਠੀਕ ਹੈ ਰਾਜੇ ਨੀਲਗਿਰੀ ਹिल्स ਠੀਕ ਹੈ ਜੀ ਨੀਲਗਿਰੀ ਹिल्स ਅੱਗੇ ਕਹਿੰਦਾ ਜੀ ਵਿਚ ਇੰਡੀਅਨ ਸਟੇਟ ਸਟੈਂਡ ਫਰਸਟ ਇਨ ਦਾ ਪ੍ਰੋਡਕਸ਼ਨ ਆਫ ਦਾ ਕਾਫੀ ਤਾਂ ਜਿਵੇਂ ਹੁਣ ਟੀ ਦਾ ਆਸਾਮ ਦੱਸਿਆ ਹੋਇਆ ਚਾਹ ਦਾ ਪਿਛਲੀ ਵਾਰ ਮੈਂ ਦੱਸਿਆ ਸੀ ਤੁਹਾਨੂੰ ਆਸਾਮ ਠੀਕ ਹੈ ਇਸ ਵਾਰ ਮੈਂ ਤੁਹਾਨੂੰ ਮੈਂ ਦੱਸ ਰਿਹਾ ਕਾਫੀ ਦਾ ਤਾਂ ਕਾਫੀ ਦਾ ਹੈਗਾ ਰਾਜੇ ਕਰਨਾਟਕਾ ਅੱਗੇ ਚੱਲਦੇ ਆਂ ਜੀ ਵਿਚ ਆਰ ਦਾ ਟੂ ਮੇਨ ਬੈਵਰੇਜ ਕ੍ਰੌਪਸ ਪ੍ਰੋਡਿਊਸ ਇਨ ਇੰਡੀਆ ਬੈਵਰੇਜ ਕ੍ਰੌਪਸ ਹੁੰਦੀਆਂ ਜਿਹਨੂੰ ਪੀ ਕੇ ਆਪਾਂ ਨੂੰ ਨਰਜੀ ਆਉਂਦੀ ਹੈ ਤਰੋਤਾਜ਼ਾ ਹੋ ਜਾਂਦੇ ਆਪਾਂ ਤਾਂ ਆਪਾਂ ਨੂੰ ਦੇਖੋ ਜਾਂ ਤਾਂ ਆਪਾਂ ਕੌਫੀ ਪੀਂਦੇ ਆਂ ਜਾਂ ਆਪਾਂ ਕੀ ਪੀਂਦੇ ਆਂ ਚਾਹ ਪੀਂਦੇ ਆਂ ਠੀਕ ਹੈ ਇਹ ਦੋਨੇ ਕੀ ਨੇ ਆਪਣੀਆਂ ਬੈਵਰੇਜ ਕ੍ਰੌਪਸ ਨੇ ਠੀਕ ਹੈ ਜੀ ਅੱਗੇ ਚੱਲਦੇ ਆਂ ਆਪਾਂ ਨੈਕਸਟ ਕੁਐਸਚਨ ਵੱਲ ਅੱਗੇ ਹੈਗਾ ਕਹਿੰਦਾ ਇਨ ਵਿਚ ਆਫ ਦਾ ਫਾਲੋਇੰਗ ਕ੍ਰੌਪ ਇਜ਼ ਨਾਟ ਮਿਲਟ ਮਿਲਟ ਕਿਹੜਾ ਨਹੀਂ ਹੈਗਾ ਹੁਣ ਮਿਲਟ ਹੁੰਦਾ ਕੀ ਹੈ ਰਾਜੇ ਜਿਵੇਂ ਜਵਾਰ ਬਾਜਰਾ ਠੀਕ ਹੈ ਰਾਗੀ ਇਹ ਸਾਰੇ ਮਿਲਟ ਹੁੰਦੇ ਨੇ ਠੀਕ ਹੈ ਤੇ ਹੁਣ ਦੇਖੋ ਕਹਿੰਦਾ ਵਿੱਚੋਂ ਦਾ ਫੋਲੋਇੰਗ ਕ੍ਰੌਪ ਇਜ਼ ਨਾਟ ਮਿਲਟ ਤਾਂ ਜਵਾਰ ਵੀ ਮਿਲਟ ਹੈਗੀ ਆ ਰਾਗੀ ਵੀ ਮਿਲਟ ਹੈਗੀ ਆ ਬਾਜਰਾ ਵੀ ਮਿਲਟ ਹੈਗਾ ਪਰ ਜਿਹੜੀ ਮੱਕੀ ਹੈਗੀ ਰਾਜੇ ਮੱਕੀ ਤਾਂ ਇੱਕ ਫੂਡ ਕ੍ਰੌਪ ਹੈ ਠੀਕ ਹੈ ਮੱਕੀ ਤਾਂ ਇੱਕ ਫੂਡ ਕ੍ਰੌਪ ਹੈ ਫੂਡਰ ਤੌਰ ਤੇ ਵੀ ਵਰਤੀ ਜਾਂਦੀ ਹੈ ਤੇ ਆਪਣੀ ਫੂਡ ਸੀਰੀਅਲ ਕ੍ਰੌਪ ਜਿਹੜੀ ਹੁੰਦੀ ਹੈ ਉਹਦੇ ਤੌਰ ਤੇ ਵੀ ਵਰਤੀ ਜਾਂਦੀ ਹੈ ਨੈਕਸਟ ਗੱਲ ਕਰਦੇ ਆਪਾਂ ਰੈਵਿਊਲੂਸ਼ਨ ਤੋਂ ਵੀ ਰਾਜੇ ਕੁਐਸਚਨ ਪੁੱਛਿਆ ਜਾ ਸਕਦਾ ਕਿਉਂਕਿ ਹਰ ਵਾਰੀ ਕੋਈ ਨਾ ਕੋਈ ਕੁਐਸਚਨ ਆਉਂਦਾ ਰੈਵਿਊਲੂਸ਼ਨ ਦੇ ਉੱਪਰ ਤਾਂ ਕਹਿੰਦਾ ਦਾ ਬਲੂ ਰੈਵਿਊਲੂਸ਼ਨ ਇਜ਼ ਰਿਲੇਟਡ ਵਿਦ ਤਾਂ ਬਲੂ ਤੁਹਾਨੂੰ ਪਤਾ ਹੈ ਕਿ ਦੇ ਨਾਲ ਬਲੂ ਕਲਰ ਕਿਹਦਾ ਪਾਣੀ ਦਾ ਹੁੰਦਾ ਸਮੁੰਦਰ ਦੇ ਪਾਣੀ ਦਾ ਓਸ਼ੀਅਨ ਦੇ ਪਾਣੀ ਦਾ ਤਾਂ ਇਹ ਹੁੰਦੀ ਹੈ ਜੀ ਫਿਸ਼ ਪ੍ਰੋਡਕਸ਼ਨ ਦੇ ਨਾਲ ਇਹਦੇ ਨਾਲ ਹੁੰਦੀ ਹੈ ਰਾਜੇ ਫਿਸ਼ ਪ੍ਰੋਡਕਸ਼ਨ ਦੇ ਨਾਲ ਹੁੰਦੀ ਹੈ ਜਿਵੇਂ ਮੀਟ ਹੈਗੀ ਹੈ ਮੀਟ ਕਿਹੜੀ ਨਾਲ ਹੁੰਦੀ ਹੈ ਪਿੰਕ ਰੈਵਿਊਲੂਸ਼ਨ ਹੁੰਦੀ ਹੈ ਠੀਕ ਹੈ ਜੀ ਇਹ ਸਾਰੀਆਂ ਯਾਦ ਕਰ ਲੈਣੀਆਂ ਤੁਸੀ ਅੱਗੇ ਆ ਗਿਆ ਜੀ ਸਾਬਰਮਤੀ ਐਂਡ ਜਮੁਨਾ ਆਰ ਦਾ ਟੂ ਨਿਊ ਵੈਰਾਈਟੀਜ਼ ਆਫ ਸਾਬਰਮਤੀ ਤੇ ਜਮੁਨਾ ਕਿਹਦੀਆਂ ਵੈਰਾਈਟੀਆਂ ਨੇ ਰਾਜੇ ਇਹ ਆਪਣੀਆਂ ਚੋਨੇ ਦੀਆਂ ਜਿਹਨੂੰ ਆਪਾਂ ਕਹਿੰਦੇ ਨੇ ਰਾਈਸ ਪੈਡੀ ਅੱਗੇ ਹੈਗਾ ਜੀ ਕਹਿੰਦਾ ਵਾਟ ਇਜ਼ ਦਾ ਰੈਂਕ ਆਫ ਇੰਡੀਆ ਇਨ ਦਾ ਵਰਡ ਐਜ਼ ਅ ਫਰੂਟ ਪ੍ਰੋਡਿਊਸਰ ਠੀਕ ਹੈ ਜੀ ਫਰੂਟ ਫੂਡ ਫਰੂਟ ਪ੍ਰੋਡਿਊਸਰ ਦੇ ਵਿੱਚ ਇੰਡੀਆ ਦਾ ਦੂਜਾ ਸਥਾਨ ਹੈ ਸੈਕੰਡ ਅੱਗੇ ਗੱਲ ਕਰਦੇ ਆਂ ਬੇਟੇ ਆਪਾਂ ਵਾਈਟ ਰਸਟ ਇਜ਼ ਐਨ ਇੰਪੋਰਟੈਂਟ ਫੰਗਲ ਡਿਸੀਜ਼ ਇੱਕ ਤਾਂ ਇਹ ਯਾਦ ਰੱਖਣਾ ਜਿਹੜੀ ਵਾਈਟ ਰਸਟ ਹੈ ਕੀ ਇਹ ਰਾਜੇ ਫੰਗਲ ਡਿਸੀਜ਼ ਹੈ ਤੇ ਹੈ ਕਿਹਦੀ ਦੀ ਆ ਇਹ ਮਤਲਬ ਕਿਸ ਫਸਲ ਦੀ ਹੈਗੀ ਡਿਸੀਜ਼ ਇਹ ਇਹ ਮਸਟਰਡ ਦੀ ਹੈ ਬੇਟੇ ਮਸਟਰਡ ਦੀ ਠੀਕ ਹੈ ਜੀ ਨੈਕਸਟ ਚੱਲਦੇ ਆਪਾਂ ਆ ਵੀ ਕੁਐਸਚਨ ਬਹੁਤ ਇੰਪੋਰਟੈਂਟ ਹੈ ਇਹਦੇ ਆਉਣ ਦੇ ਪੂਰੇ ਪੂਰੇ ਚਾਂਸਸ ਹੈ ਹੋ ਸਕਦਾ 101% ਤੁਹਾਨੂੰ ਪੁੱਛਿਆ ਜਾ ਸਕੇ ਪ੍ਰਭਾਤ ਇਜ਼ ਐਨ अर्ਲੀ ਸ਼ਾਰਟ ਡਿਊਰੇਸ਼ਨ ਵੈਰਾਈਟੀ ਆਫ ਤਾਂ ਪ੍ਰਭਾਤ ਜਿਹੜੀ ਹੈਗੀ ਰਾਜੇ ਇਹ ਰੈੱਡ ਗ੍ਰਾਮ ਦੀ ਹੈ ਠੀਕ ਹੈ ਜੀ ਛੋਲੇ ਜਿਹੜੇ ਹੁੰਦੇ ਆ ਅੱਗੇ ਗੱਲ ਕਰਦੇ ਆ ਬੇਟੇ ਆਪਾਂ ਵਿਚ ਆਫ ਦਾ ਫੋਲੋਇੰਗ ਇਜ਼ ਦਾ ਲਾਰਜੈਸਟ ਇਰੀਗੇਸ਼ਨ ਕਨਾਲ ਇਨ ਇੰਡੀਆ ਹਨਾ ਸਿੰਚਾਈ ਦਾ ਸਭ ਤੋਂ ਵੱਡਾ ਸਾਧਨ ਕਿਹੜਾ ਆਪਣੇ ਇੰਡੀਆ ਦੇ ਵਿੱਚ ਤਾਂ ਤੁਹਾਨੂੰ ਸਭ ਨੂੰ ਪਤਾ ਹੋਊਗਾ ਰਾਜੇ ਇੰਦਰਾ ਗਾਂਧੀ ਕਨਾਲ ਇਹ ਕਿੱਥੇ ਕਿੱਥੋਂ ਚੱਲਦੀ ਹੈ ਤੇ ਕਿੱਥੇ ਖਤਮ ਹੁੰਦੀ ਹੈ ਰਾਜੇ ਹਰੀ ਕੇ ਪੱਤਨ ਤੋਂ ਸ਼ੁਰੂ ਹੁੰਦੀ ਹੈ ਹਰੀ ਕੇ ਪੱਤਨ ਤੋਂ ਸਟਾਰਟ ਹੋ ਕੇ ਕਿੱਥੇ ਜਾਂਦੀ ਹੈ ਰਾਜਸਥਾਨ ਦੇ ਵਿੱਚ ਜਾਂਦੀ ਹੈ ਠੀਕ ਹੈ ਰਾਜਸਥਾਨ ਦੇ ਵਿੱਚ ਜਾਂਦੀ ਹੈ ਤੇ ਇਹ ਕਾਫੀ ਲੰਬੀ ਹੈ ਰਾਜੇ ਇਹਦੀ ਲਗਭਗ ਜਿਹੜੀ ਲੰਬਾਈ ਹੈਗੀ ਹੈ 650 ਕਿਲੋਮੀਟਰ ਹੈ 650 ਕਿਲੋਮੀਟਰ ਕੀ ਹੈ ਰਾਜੇ ਇਹਦੀ ਲੰਬਾਈ ਹੈ ਅੱਗੇ ਆ ਗਿਆ ਰਾਜੇ ਵਾਟ ਇਜ਼ ਦਾ ਸਲੈਸ਼ ਐਂਡ ਬਰਨ ਐਗਰੀਕਲਚਰ ਤਾਂ ਸਲੈਸ਼ ਐਂਡ ਬਰਨ ਐਗਰੀਕਲਚਰ ਨੂੰ ਕਾਫੀ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੈ ਲੇਕਿਨ ਜਿਹੜਾ ਫੇਮਸ ਨਾਮ ਹੈਗਾ ਰਾਜੇ ਨੂੰ ਕਹਿ ਦਿੰਦੇ ਆ ਜੂਮ ਕਲਟੀਵੇਸ਼ਨ ਨੈਕਸਟ ਚਲਦੇ ਆਪਾਂ ਅਗਲਾ ਹੈਗਾ ਦਾ ਵੈਰਾਈਟੀ ਆਫ ਦਾ ਕਾਫੀ ਲਾਰਜਲੀ ਗਰੋਨ ਇਨ ਇੰਡੀਆ ਤਾਂ ਇਹਦੀਆਂ ਕਾਫੀ ਕਾਫੀ ਦੀਆਂ ਵੈਰਾਈਟੀਆਂ ਹੁੰਦੀਆਂ ਲਾਤੀ ਵਗੈਰਾ 17 ਕਾਫੀ ਆਪਾਂ ਦੇਖੋ ਪੀਣੇ ਵੀ ਹੈਗੇ ਆਪਾਂ ਤਾਂ ਜਿਹੜੀ ਇੰਡੀਆ ਦੇ ਵਿੱਚ ਹੈਗੀ ਰਾਜੇ ਉਹ ਹੈਗੀ ਅਰਬਿਕ ਅਰਬਿਕ ਠੀਕ ਹੈ ਇਹ ਅਗਾ ਆਪਣਾ ਸੀ ਆਨਸਰ ਆ ਗਿਆ ਨੈਕਸਟ ਚੱਲਦੇ ਆਂ ਰਾਜੇ ਆਪਾਂ ਇਨ ਇੰਡੀਆ ਵਿਚ ਕਿਹੜੀ ਕ੍ਰੌਪ ਇਜ਼ ਸੋਨ ਔਨ ਦਾ ਲਾਰਜੇਸਟ ਏਰੀਆ ਸਭ ਤੋਂ ਜ਼ਿਆਦਾ ਹਨਾ ਇੰਡੀਆ ਦੇ ਵਿੱਚ ਕਿਹੜੀ ਲਗਾਈ ਜਾਂਦੀ ਹੈ ਰਾਜੇ ਤਾਂ ਰਾਈਸ ਤੇ ਜੇ ਰਾਜੇ ਵਰਲਡ ਦੀ ਪੁੱਛ ਲੈਣ ਦੁਨੀਆ ਦੀ ਪੁੱਛ ਲੈਣ ਤਾਂ ਰਾਜੇ ਕੀ ਹੁੰਦੀ ਹੈ ਕਣਕ ਜਿਹਨੂੰ ਆਪਾਂ ਕਹਿੰਦੇ ਨੇ ਵੀਟ ਠੀਕ ਹੈ ਜੀ ਵੀਟ ਦੁਨੀਆ ਦੀ ਪੁੱਛ ਲੈਣ ਤਾਂ ਵੀਟ ਇੰਡੀਆ ਦਾ ਪੁੱਛ ਲੈ ਤਾਂ ਰਾਈਸ ਠੀਕ ਹੈ ਇਹ ਦੋਨੇ ਪੁੱਛੇ ਜਾਂਦੇ ਆ ਕਵੈਸਚਨ ਆਪਾਂ ਨੂੰ ਅਗਲਾ ਹੈਗਾ ਦਾ ਸਾਇੰਸ ਕਨਸਰਨਡ ਵਿਦ ਦਾ ਕਲਟੀਵੇਸ਼ਨ ਆਫ ਗਰੇਪਸ ਹਨਾ ਗਰੇਪਸ ਦੀ ਖੇਤੀਬਾੜੀ ਨੂੰ ਆਪਾਂ ਕੀ ਕਹ ਦਿੰਨੇ ਆ ਵਿਨਿਚੀ ਕਲਚਰ ਠੀਕ ਹੈ ਜੀ ਵਿਨਿਚੀ ਕਲਚਰ ਤਾਂ ਜਿਹੜੀ ਆਲਟਿਕਲਚਰ ਹੁੰਦੀ ਆ ਰਾਜੇ ਇਹ ਕਿਹਦੇ ਨਾਲ ਹੁੰਦੀ ਆ ਇਹ ਸਬਜ਼ੀਆਂ ਦੇ ਨਾਲ ਕਹਿ ਸਕਦੇ ਆਪਾਂ ਵੈਜੀਟੇਬਲ ਦੇ ਨਾਲ ਠੀਕ ਹੈ ਹਾਰਟੀਕਲਚਰ ਕੀ ਹੁੰਦਾ ਜਿਵੇਂ ਫਲ ਹੋਗੇ ਠੀਕ ਹੈ ਤਾਂ ਐਗਰੀਕਲਚਰ ਤਰੋਂ ਸਿੰਪਲ ਹੀ ਆ ਗਿਆ ਅੱਗੇ ਆ ਗਿਆ ਜੀ ਆਪਣਾ ਨੈਕਸਟ ਕੁਐਸਚਨ ਆ ਗਿਆ ਰੈਡ ਸੋਇਲ ਇਜ਼ ਪੂਰ ਇਨ ਵਿਚ ਆਫ ਦਾ ਫੋਲੋਇੰਗ ਨਿਊਟ੍ਰੀਐਂਟਸ 801 ਦਾ ਕਲਰ ਰੈੱਡ ਕਾ ਤੋਂ ਹੁੰਦਾ ਠੀਕ ਹੈ ਆਇਰਨ ਆਕਸਾਈਡ ਕਰਕੇ ਆਇਰਨ ਕਰਕੇ ਦਾ ਕਲਰ ਰੈੱਡ ਹੁੰਦਾ ਬਟ ਇਹ ਕਹਿੰਦਾ ਪੂਰ ਕਿਹਦੇ ਵਿੱਚ ਹੁੰਦੀ ਆ ਕਿਹੜੇ ਨਿਊਟ੍ਰੀਐਂਟ ਦੇ ਵਿੱਚ ਪੂਰ ਹੁੰਦੀ ਆ ਮਤਲਬ ਕਮੀ ਹੁੰਦੀ ਆ ਡੈਫੀਸ਼ੀਐਂਸੀ ਹੁੰਦੀ ਆ ਇਹਦੇ ਵਿੱਚ ਤਾਂ ਤੁਸੀਂ ਇੱਕ ਵਾਰੀ ਕੁਐਸਚਨ ਜਰੂਰ ਸੋਚਣਾ ਬੇਟੇ ਐਂਡ ਦੇ ਵਿੱਚ ਆਪਣਾ ਰੈਂਕ ਲਿਖਣਾ ਹੈ ਮੈਨੂੰ ਲੱਗਦਾ ਲਗਭਗ 131 ਕੁਐਸਚਨ ਨੇ ਆਪਣਾ ਰੈਂਕ ਜਰੂਰ ਲਿਖਣਾ ਤਾਂ ਕੁਐਸਚਨ ਬੇਟੇ ਮੈਂ ਬੜੀ ਕੋਸ਼ਿਸ਼ ਕੀਤੀ ਸੀ ਕਿ 200 ਬਣ ਜਾਣ ਬਟ ਇਹ ਆ ਵੀ ਲਿਖਣ ਦੇ ਵਿੱਚ ਬਹੁਤ ਟਾਈਮ ਲੱਗ ਗਿਆ ਪੂਰੀ ਰਾਤ ਹੀ ਲੱਗ ਗਈ ਇਸ ਕਰਕੇ ਪਲੀਜ਼ ਅਡਜਸਟ ਕਰਿਓ ਕੋਸ਼ਿਸ਼ ਪੂਰੀ ਕੀਤੀ ਸੀਗੀ ਜੇ ਬਣ ਕੇ ਤਾਂ ਮੈਂ ਵਟਸਐਪ ਤੇ ਜਾਂ ਕੋਈ ਟੈਲੀਗ੍ਰਾਮ ਤੇ ਸੈਂਡ ਕਰ ਦੂੰਗਾ ਜੇ ਹੋਰ ਬਣ ਕੇ ਤਾਂ ਤਾਂ ਇਹਦਾ ਆਨਸਰ ਕੀ ਹੈ ਰਾਜੇ ਇਹਦਾ ਆਨਸਰ ਹੈਗਾ ਡੀ ਨਾਈਟ੍ਰੋਜਨ ਤੇ ਪੋਟਾਸ਼ੀਅਮ ਦੀ ਕਮੀ ਹੁੰਦੀ ਹੈ ਇਹਦੇ ਵਿੱਚ ਅੱਗੇ ਗੱਲ ਕਰਦੇ ਹਾਂ ਜੀ ਕਹਿੰਦਾ ਵਿਚ ਟਾਈਪ ਆਫ ਸੋਇਲ ਇਜ਼ ਫਾਊਂਡ ਨੀਅਰ ਦਾ ਕਨਾਲ ਹਨਾ ਨਹਿਰ ਦੇ ਨੇੜੇ ਜਿਹੜੀ ਆਪ ਨੂੰ ਮਿਲਦੀ ਆ ਮਿੱਟੀ ਉਹ ਬੇਸਿਕਲੀ ਕੀ ਅਲਕਲਾਈਨ ਹੁੰਦੀ ਜਿਹਨੂੰ ਆਪਾਂ ਕਲਰ ਵੀ ਕਹਿ ਦਿੰਨੇ ਆ ਠੀਕ ਹੈ 21 ਦਾ ਸੀ ਅੱਗੇ ਆ ਜੀ ਗਰੋਇੰਗ ਆਫ ਟੂ অর ਮੋਰ ਕ੍ਰੋਪਸ ਸੋ ਸਾਈਮਨਟੈਨਸਲੀ ਔਨ ਦਾ ਸੇਮ ਪੀਸ ਆਫ ਲੈਂਡ ਕੱਟੀਆਂ ਇੱਕੋ ਲੈਂਡ ਦੇ ਉੱਪਰ ਆਪਾਂ ਕੋਈ ਚੀ ਫਸਲਾਂ ਅਗਾਉਣੇ ਆ ਉਹ ਕਿਸ ਟਾਈਪ ਦੀ ਹੈਗੀ ਆ ਆਪਣੀ ਮਤਲਬ ਕਿ ਖੇਤੀਬਾੜੀ ਕਿਸ ਟਾਈਪ ਦੀ ਆਪਾਂ ਕਹਿ ਸਕਦੇ ਆ ਠੀਕ ਹੈ ਤਾਂ ਇਹਦਾ ਰਾਈਟ ਆਨਸਰ ਹੈਗਾ ਤੁਸੀਂ ਸੋਚਣਾ ਠੀਕ ਹੈ ਇਹਨੂੰ ਕਹਿੰਦੇ ਰਾਜੇ ਮਿਕਸਡ ਕ੍ਰੋਪਿੰਗ ਕਹਿੰਦੇ ਆ ਫਾਰਮਿੰਗ ਨਹੀਂ ਮਿਕਸਡ ਕ੍ਰੋਪਿੰਗ ਕਹਿੰਦੇ ਆ ਨੈਕਸਟ ਚੱਲਦੇ ਆ ਜੀ ਆਪਾਂ ਤਾਂ ਵਿੱਚ ਟਾਈਪ ਆਫ ਦਾ ਸੋਇਲ ਫਾਊਂਡ ਇਨ ਪੰਜਾਬ ਤਾਂ ਪੰਜਾਬ ਦੇ ਵਿੱਚ ਕਿੰਨੇ ਅੱਛਾ ਜੀ ਇੱਕ ਕੁਐਸਚਨ ਆਇਆ ਸੀ ਪਿਛਲੀ ਵਾਰੀ ਪੰਜਾਬ ਵਿੱਚ ਕਿੰਨੇ ਤਰ੍ਹਾਂ ਦੀ ਮਿੱਟੀ ਪਾਈ ਜਾਂਦੀ ਹੈ ਇਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਵਿੱਚ ਟਾਈਪ ਆਫ ਸੋਇਲ ਇਜ਼ ਫਾਊਂਡ ਇਨ ਪੰਜਾਬ ਤੇ ਵੈਸੇ ਤਾਂ ਦੋ ਤਿੰਨ ਤਰ੍ਹਾਂ ਦੀ ਮਿਲਦੀ ਹੈ ਆਪਾਂ ਨੂੰ ਕਾਫੀ ਤਰ੍ਹਾਂ ਦੀ ਮਿਲਦੀ ਹੈ ਬਟ ਆਪਾਂ ਜਿਹੜੀ ਮੇਨ ਜਿਹੜੀ ਮਿਲਦੀ ਆਪਾਂ ਨੂੰ ਆਲੋਵਾਇਲ ਸੋਇਲ ਮਿਲਦੀ ਹੈ ਠੀਕ ਹੈ ਜੀ ਤਾਂ ਇਹਦਾ ਰਾਈਟ ਆਨਸਰ ਕੀ ਬਣ ਜਾਊਗਾ ਏ ਬਣ ਜਾਊਗਾ ਅੱਗੇ ਹੈਗਾ ਜੀ ਕਹਿੰਦਾ ਵਿਚ ਕ੍ਰੌਪ ਰਿਕਵਾਇਰਸ ਮੈਕਸਿਮਮ ਅਮਾਉਂਟ ਆਫ ਦਾ ਨਾਈਟ੍ਰੋਜਨ ਤਾਂ ਨਾਈਟ੍ਰੋਜਨ ਸਭ ਤੋਂ ਵੱਧ ਕਿਸ ਵਿੱਚ ਪਾਇਆ ਜਾਂਦਾ ਹੈ ਮਤਲਬ ਕਿ ਵਿਚ ਕ੍ਰੌਪ ਮਤਲਬ ਕਿਹੜੀ ਫਸਲ ਨੂੰ ਸਭ ਤੋਂ ਵੱਧ ਚਾਹੀਦਾ ਨਾਈਟ੍ਰੋਜਨ ਤਾਂ ਇਹ ਗੰਨੇ ਨੂੰ ਚਾਹੀਦਾ ਹੁੰਦਾ ਰਾਜੇ 슈ਗਰ ਕੇਨ ਨੂੰ ਅੱਗੇ ਹੈਗਾ ਜੀ ਆਪਾਂ ਤੁਹਾਡਾ ਦਾ ਗੈਸ ਵਿਚ ਅਮਿਟ ਫਰਮ ਫਾਰ ਰਾਈਸ ਫੀਲਡ ਤਾਂ ਸਭ ਤੋਂ ਜ਼ਿਆਦਾ ਹਨਾ ਪੈਡੀ ਦੇ ਵਿੱਚ ਜਿਹੜੀ ਹੁੰਦੀ ਹੈ ਰਾਜੇ ਉਹ ਮੀਥੇਨ ਹੁੰਦੀ ਹੈ ਮੀਥੇਨ ਮੀਥੇਨ ਗੈਸ ਰਿਲੀਜ਼ ਹੁੰਦੀ ਹੈ ਠੀਕ ਹੈ 25 ਦਾ ਆਨਸਰ ਆਊਗਾ ਬੀ ਅੱਗੇ ਚੱਲਦੇ ਹਾਂ ਜੀ ਆਪਾਂ ਨੈਕਸਟ ਕੁਐਸਚਨ ਵੱਲ ਆ ਪਲਾਂਟਿੰਗ ਵੀਟ ਇਅਰ ਆਫਟਰ ਇਅਰ ਇਨ ਦਾ ਸੇਮ ਫੀਲਡ ਹਨਾ ਸੇਮ ਮਤਲਬ ਕਿ ਇਅਰ ਬਾਈ ਇਅਰ ਆਪਾਂ ਜਿਹੜੀ ਸੇਮ ਫਸਲ ਆਪਾਂਗਾ ਰਹੇ ਆਂ ਵੀਟ ਗਾ ਰਹੇ ਆਂ ਕਣਕ ਗਾ ਰਹੇ ਆਂ ਤਾਂ ਉਹਨੂੰ ਕੀ ਕਹਿੰਦੇ ਰਾਜੇ ਉਹਨੂੰ ਕਹਿੰਦੇ ਆ ਜੀ ਮੋਨੋਕ੍ਰੋਪਿੰਗ ਠੀਕ ਹੈ ਜੀ ਮੋਨੋਕ੍ਰੋਪਿੰਗ ਅੱਗੇ ਆ ਗਿਆ ਜੀ ਕਹਿੰਦਾ ਗਰੋਇੰਗ ਡਿਫਰੈਂਟ ਕ੍ਰੋਪਸ ਇਨ ਦਾ ਸੇਮ ਏਰੀਆ ਠੀਕ ਹੈ ਤਾਂ ਡਿਫਰੈਂਟ ਕ੍ਰੌਪਸ ਇਨ ਦਾ ਸੇਮ ਏਰੀਆ ਹੁਣ ਇਹਨੂੰ ਕੀ ਕਵਾਂਗੇ ਰਾਜੇ ਆਪਾਂ ਇਹਨੂੰ ਕਵਾਂਗੇ ਆਪਾਂ ਕ੍ਰੌਪ ਰੋਟੇਸ਼ਨ ਮਤਲਬ ਇੱਕ ਵਾਰੀ ਕਣਕ ਲਾ ਲਿਆ ਝੋਨਾ ਲਾ ਲਿਆ ਕਣਕ ਲਾ ਲਿਆ ਝੋਨਾ ਲਾ ਲਿਆ ਜਾਂ ਵਿੱਚ ਮੱਕੀ ਲਾ ਲਈ ਹੈਨਾ ਇਹਨੂੰ ਕ੍ਰੌਪ ਰੋਟੇਸ਼ਨ ਕਹ ਦਾਂਗੇ ਅੱਗੇ ਆ ਗਿਆ ਜੀ ਆਪਣਾ ਨੇਮ ਦਾ ਫਰਸਟ ਸਟੇਟ ਆਫ ਦਾ ਇੰਡੀਆ ਵਿਚ ਇਜ਼ ਡਿਪੈਂਡਡ ਔਨ ਦਾ ਆਰਗੈਨਿਕ ਫਾਰਮਿੰਗ ਤਾਂ ਬਹੁਤ ਵਧੀਆ ਕੁਐਸਚਨ ਹੈ ਰਾਜੇ ਸਿੱਕਮ ਸਿੱਕਮ ਆਏਗਾ ਦਾ ਆਨਸਰ ਠੀਕ ਹੈ ਜੀ ਤਾਂ ਇਹ ਆਰਗੈਨਿਕ ਫਾਰਮਿੰਗ ਦੇ ਵਿੱਚ ਅੱਗੇ ਆ ਗਿਆ ਜੀ ਕਹਿੰਦਾ ਵਿੱਚ ਇਸ ਦਾ ਆਈਡੀਅਲ ਮਿਨਿਮਮ ਟੈਂਪਰੇਚਰ ਫਾਰ ਦਾ ਗਰੋਥ ਆਫ ਦਾ 슈ਗਰ ਕੇਨ ਤਾਂ 슈ਗਰ ਕੇਨ ਤੇ ਪਿਛਲੀ ਵਾਰੀ ਕੁਐਸਚਨ ਪੁੱਛਿਆ ਸੀ ਉਹਨਾਂ ਨੇ ਹੋ ਸਕਦਾ ਇਸ ਵਾਰੀ ਪੁੱਛਣਾ ਨੇ ਸਿਰਕੇ ਮੈਂ ਕੁਐਸਚਨ ਮੈਕਸਿਮਮ ਉਸੇ ਟਾਪਿਕ ਤੇ ਪਾਇਏ ਜਿਹੜੇ ਉਹਨਾਂ ਨੇ ਵਾਰ-ਵਾਰ ਪੁੱਛਿਆ ਤਾਂ ਇਹਦਾ ਆਨਸਰ ਹੈਗਾ ਜੀ 20 ਡਿਗਰੀ ਸੈਂਟੀਗ੍ਰੇਡ ਅੱਗੇ ਆ ਗਿਆ ਜੀ ਕਹਿੰਦਾ ਲੀਫ ਕਰਲ ਡਿਸੀਜ਼ ਇਨ ਓਕਰਾ ਭਿੰਡੀ ਦੇ ਵਿੱਚ ਜਿਹੜੀ ਲੀਫ ਕਰਲ ਡਿਸੀਜ਼ ਹੁੰਦੀ ਹੈ ਲੀਫ ਕਰਲ ਦੇ ਵਿੱਚ ਕੀ ਹੁੰਦਾ ਪੱਤੇ ਅੰਦਰ ਨੂੰ ਮੜਨੇ ਸ਼ੁਰੂ ਹੋ ਜਾਂਦੇ ਆ ਠੀਕ ਹੈ ਅੰਦਰ ਨੂੰ ਮਾਰਨੇ ਸ਼ੁਰੂ ਹੋ ਜਾਂਦੇ ਆ ਤਾਂ a ਦਾ ਮਤਲਬ ਕੀ ਮੇਨ ਕਾਰਨ ਕੀ ਹੁੰਦਾ ਇਹ ਪੁੱਛ ਰਿਹਾ ਠੀਕ ਹੈ ਤਾਂ ਵਾਈਟ ਫ्लाई ਠੀਕ ਹੈ ਇੱਕ ਪੈਸਟ ਹੈ ਵਾਈਟ ਫ्लाई ਮਤਲਬ ਉਹਦੇ ਕਰਕੇ ਅੱਗੇ ਆ ਗਿਆ ਜੀ ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਅ ਕਮਰਸ਼ੀਅਲ ਕ੍ਰੋਪ ਤਾਂ ਸਾਰੀਆਂ ਕ੍ਰੋਪ ਪੜ ਲੈਣੀਆਂ ਰਾਜੇ ਕਮਰਸ਼ੀਅਲ ਕਿਹੜੀ ਹੋਊਗੀ ਦੇਖੋ ਬਾਜਰਾ ਜਵਾਰ ਤੇ ਪੈਡੀ ਇਹ ਤਾਂ ਆਪਾਂ ਖਾਣ ਵਾਸਤੇ ਆ ਤੇ ਕਮਰਸ਼ੀਅਲ ਜਿਹੜਾ ਆਪਾਂ ਪੈਸਾ ਕਮਾਉਣ ਵਾਸਤੇ ਕਾਟਨ ਹੁਣ ਆਪਾਂ ਖਾ ਤਾਂ ਸਕਦੇ ਨਹੀਂ ਗੇ ਕਾਟਨ ਤੋਂ ਕੀ ਬਣਦੇ ਆ ਧਾਗਾ ਬਣਦਾ ਥ्रेड ਬਣਦਾ ਉਥੇ ਜੀਨਾ ਵਗੈਰਾ ਬੰਦੀਆਂ ਕੱਪੜਾ ਬ ਅੱਗੇ ਆ ਗਿਆ ਜੀ ਆਪਣਾ ਕੁਐਸਚਨ ਦਾ crop development programd of the government of india cover which of the following group of the commercial crop ਠੀਕ ਹੈ ਜੀ ਕਮਰਸ਼ੀਅਲ ਕਿਹੜੀ ਕਮਰਸ਼ੀਅਲ crop ਨੂੰ ਇਹ program ਕੀ ਕਰਦਾ ਕਵਰ ਕਰਦਾ ਤਾਂ ਇਹਦਾ ਰਾਈਟ ਆਨਸਰ ਹੈਗਾ ਰਾਜੇ ਜਿਹੜੀ ਕਮਰਸ਼ੀਅਲ crop ਕਿਹੜੀਆਂ-ਕਿਹੜੀਆਂ ਨੇ ਜੂਟ ਹੋ ਗਿਆ ਠੀਕ ਹੈ ਜੀ ਪਰਸਨ ਜਿਹਨੂੰ ਕਹਿੰਦੇ ਆਪਾਂ ਚਾਹ ਹੋ ਗਿਆ ਟੀ ਤੇ ਕਾਫੀ ਅੱਗੇ ਗੱਲ ਕਰਦੇ ਆ ਜੀ ਆਪਾਂ ਨੈਕਸਟ अर्ਲੀ ਬਲਾਈਟ ਠੀਕ ਹੈ ਜੀ ਡਿਸੀਜ਼ अर्ਲੀ ਬਲਾਈਟ ਦਾ ਮਤਲਬ ਹੁੰਦਾ ਕਿ ਝੁਲਸ ਜਾਂਦਾ ਹੈ ਝੁਲਸਾ ਦਾ ਮਤਲਬ ਕੀ ਹੈ ਜਦੋਂ ਸੜ ਜਾਂਦਾ ਜਿਵੇਂ ਆਪਾਂ ਕਹਿੰਦੇ ਅੱਗ ਲੱਗੀ ਝੁਲਸ ਗਿਆ ਤਾਂ अर्ਲੀ ਬਲਾਈਟ ਬਲਾਈਟ ਜਿਹੜੀ ਡਿਸੀਜ਼ ਹੈਗੀ ਤੁਹਾਨੂੰ ਦੇਖੀ ਰਹੀ ਕਿਦੀ ਹੈਗੀ ਆ ਇਹ ਆਲੂ ਦੀ ਹੈ ਪੋਟੇਟੋ ਅੱਗੇ ਗੱਲ ਕਰਦੇ ਆ ਜੀ ਆਪਾਂ ਕੰਚਨ ਇਜ਼ ਦਾ ਵੈਰਾਈਟੀ ਕੰਚਨ ਕਿਹਦੀ ਵੈਰਾਈਟੀ ਹੈ ਜੀ ਇਹ ਵੈਰਾਈਟੀ ਹੈਗੇ ਬੇਟੇ ਬਨਾਣਾ ਦੀ ਅੱਗੇ ਗੱਲ ਕਰਦੇ ਆ ਆਪਾਂ ਐਰੋਇਲ ਸੋਇਲ ਵੈਰੀ ਇਨ ਦਾ ਨੇਚਰ ਫਰੋਮ ਦਾ ਸੈਂਡੀ ਲੋਮ ਟੂ ਕਲੇ ਠੀਕ ਹੈ ਸੈਂਡੀ ਲੋਮ ਟੂ ਕਲੇ ਹੁੰਦੀ ਆ ਤੇ ਦੇ ਆਰ ਜਨਰਲੀ ਹਣ ਸਾਰੀਆਂ ਸਟੇਟਮੈਂਟ ਪੁੱਛ ਰਿਹਾ ਦੇਖੋ ਸਾਰੀਆਂ ਸਟੇਟਮੈਂਟ ਪੜ੍ਹਨੀਆਂ ਪੜਨੀਆਂ ਕਹਿੰਦਾ ਪੂਰ ਇਨ ਪੋਟਾਸ਼ ਐਂਡ ਰਿਚ ਇਨ ਫਾਸਫੋਰਸ ਪੂਰ ਇਨ ਬੋਥ ਪੋਟਾਸ਼ ਐਂਡ ਫਾਸਫੋਰਸ ਰਿਚ ਇਨ ਬੋਥ ਪੋਟਾਸ਼ ਐਂਡ ਫਾਸਫੋਰਸ ਰਿਚ ਇਨ ਪੋਟਾਸ਼ ਐਂਡ ਪੂਰ ਇਨ ਫਾਸਫੋਰਸ ਤਾਂ ਸਾਰੀਆਂ ਹੀ ਪੜਨੀਆਂ ਪੜਨੀਆਂ ਸੀ ਆਪਾਂ ਨੂੰ ਕਿਉਂਕਿ ਦੇਖੋ ਅਲੱਗ-ਅਲੱਗ ਸਟੇਟਮੈਂਟ ਦਿੱਤੀਆਂ ਤਾਂ ਇਹਦਾ ਰਾਈਟ ਆਨਸਰ ਕੀ ਬਣ ਜੂਗਾ ਰਾਜੇ ਇਹਦਾ ਰਾਈਟ ਆਨਸਰ ਬਣ ਜੂਗਾ ਡੀ ਮਤਲਬ ਪੋਟਾਸ਼ ਦੇ ਵਿੱਚ ਤਾਂ ਰਿਚ ਹੁੰਦੀ ਆ ਬਟ ਜਿਹੜੀ ਇਹ ਪੂਰ ਹੁੰਦੀ ਏ ਕਿ ਜਿਹਦੇ ਵਿੱਚ ਫਾਸਫੋਰਸ ਅੱਗੇ ਦੇਖੋ ਸਟੇਟਮੈਂਟ ਬੇਸ ਕੁਸਚਨ ਆ ਕਹਿੰਦਾ ਆਇਡੈਂਟੀਫਾਈ ਦਾ ਕ੍ਰੌਪ ਔਨ ਦਾ ਬੇਸਿਸ ਆਫ ਦਾ ਫੋਲੋਇੰਗ ਕੈਰੈਕਟੈਰਿਸਟਿਕਸ ਕਹਿੰਦਾ ਇਟ ਇਜ਼ ਅ ਖਰੀਫ ਕ੍ਰੌਪ ਓਕੇ ਹੈ ਜੀ ਕਹਿੰਦਾ ਆਉਸ ਅਮਨ ਤੇ ਬੋਰੋ ਆਰ ਇਟਸ ਥਰੀ ਡਿਫਰੈਂਟ ਗਰੋਇੰਗ ਪੀਰੀਅਡ ਇਨ ਦਾ ਐਗਰੀਕਲਚਰ ਇਅਰ ਇਹ ਵੀ ਮੈਂ ਤੁਹਾਨੂੰ ਕਰਾਇਆ ਹੋਇਆ 1/4th ਆਫ ਦਾ ਟੋਟਲ ਕ੍ਰੌਪਡ ਏਰੀਆ ਆਫ ਦਾ ਇੰਡੀਆ ਇਜ਼ ਅੰਡਰ ਇਟਸ ਕਲਟੀਵੇਸ਼ਨ ਤਾਂ ਤੁਸੀਂ ਦੱਸਣਾ ਵੀ ਕਿਹੜੇ ਕਿਹੜੇ ਸਟੇਟਮੈਂਟ ਇਹਦੇ ਬਾਰੇ ਠੀਕ ਨੇ ਤਾਂ ਇਹ ਮਤਲਬ ਕਿ ਇੱਕ ਜਿਹਨੀਆਂ ਸਟੇਟਮੈਂਟ ਲਿਖੀਆਂ ਹੋਈਆਂ ਇਹ ਕਿਦੇ ਬਾਰੇ ਲਿਖ ਰਹੀਆਂ ਕਣਕ ਬਾਰੇ ਝੋਨੇ ਬਾਰੇ ਪਲਸਿਸ ਬਾਰੇ ਕਾਟਨ ਬਾਰੇ ਇਹ ਕਿਦੇ ਬਾਰੇ ਲਿਖੀਆਂ ਹੋਈਆਂ ਨੇ ਤਾਂ ਇਹ ਹੀ ਪੁੱਛ ਰਿਹਾ ਤਾਂ ਰਾਜੇ ਇਹ ਹੈਗੀਆਂ ਝੋਨੇ ਬਾਰੇ ਅੱਗੇ ਹੈਗਾ ਜੀ ਮਿਲਪਾ ਤੇ ਲਡੰਗ ਆਰ ਦਾ ਡਿਫਰੈਂਟ ਨੇਮ ਫੋਰ ਤਾਂ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਇੱਥੋਂ ਬਹੁਤ ਕੁਐਸਚਨ ਪੁੱਛਦੇ ਆ ਠੀਕ ਹੈ ਤੇ ਇਹ ਹੁੰਦੀ ਹੈ ਜੀ ਸ਼ਿਫਟਿੰਗ ਕલ્ਟੀਵੇਸ਼ਨ ਅੱਗੇ ਹੈਗਾ ਜੀ ਅਰੇਬਿਕਾ ਰੋਬੁਸਟਾ ਐਂਡ ਲਾਬੀਰੀਆ ਆਰ ਦਾ ਵੈਰਾਈਟੀਜ਼ ਆਫ ਤਾਂ ਇਹ ਤੁਹਾਨੂੰ ਨਾਮ ਤੋਂ ਕਲੀਅਰ ਹੋ ਰਿਹਾ ਹੋਊਗਾ ਇਹ ਕਾਫੀ ਦੀਆਂ ਵੈਰਾਈਟੀਆਂ ਨੇ ਰਾਜੇ ਸਾਰੀਆਂ ਠੀਕ ਹੈ ਅੱਗੇ ਚੱਲਦੇ ਹਾਂ ਜੀ ਆਪਾਂ ਫਿਰ ਆਇਡੈਂਟੀਫਾਈ ਕਰਨਾ ਕਹਿੰਦਾ ਟਾਈਪ ਆਫ ਦਾ ਸੋਇਲ ਓਨ ਦਾ ਬੇਸਿਸ ਆਫ ਦਾ 기ਵਨ ਕੈਰੇਕਟ੍ਰਿਸਟਿਕਸ ਕਹਿੰਦਾ ਦੇ ਆਰ ਰਿਚ ਇਨ ਦਾ ਲਾਈਮ ਆਇਰਨ ਮੈਗਨੀਸ਼ੀਆ ਐਂਡ ਅਲੂਮੀਨਿਅਮ ਅਲੂਮਨਾ ਠੀਕ ਹੈ ਤੇ ਦੇ ਆਰ ਜਨਰਲੀ ਕਹਿੰਦਾ ਕਲੇਈ ਹੁੰਦੀ ਹੈ ਡੀਪ ਐਂਡ ਇੰਪੀਰ ਠੀਕ ਹੈ ਜੀ ਕਹਿੰਦਾ ਦੇਰ ਮੇਨਲੀ ਫਾਊਂਡ ਇਨ ਮਹਾਰਾਸ਼ਟਰ ਮੱਧ ਪ੍ਰਦੇਸ਼ ਐਂਡ ਗੁਜਰਾਤ ਠੀਕ ਹੈ ਜੀ ਮਤਲਬ ਕਿ ਸਟੇਟਮੈਂਟ ਬੇਸ ਕੁਸ਼ਨ ਪਾਇਆ ਹੋਇਆ ਹੈ ਇਹ ਤਾਂ ਇਹਦੇ ਬਾਰੇ ਤੁਹਾਨੂੰ ਦੱਸਣਾ ਵੀ ਕਿਹੜੀਆਂ ਹੁੰਦੀਆਂ ਵੀ ਜੇ ਰਿਚੀ ਲਾਈਮ ਦੇ ਵਿੱਚ ਰਿਚ ਹੁੰਦੀ ਹੈ ਆਇਰਨ ਦੇ ਵਿੱਚ ਹੁੰਦੀ ਹੈ ਮੈਗਨੀਸ਼ੀਅਮ ਦੇ ਵਿੱਚ ਹੁੰਦੀ ਹੈ ਠੀਕ ਹੈ ਜੀ ਐਲੂਮੀਨੀਅਮ ਦੇ ਵਿੱਚ ਹੁੰਦੀ ਹੈ ਤਾਂ ਜਰਨਲੀ ਕਹਿੰਦਾ ਕਲੇ ਤੋਂ ਲੈ ਕੇ ਡੀਪਲੀ ਕੀ ਹੁੰਦੀ ਹੈ ਇਮਫੇਰੀਏਬਲ ਹੁੰਦੀ ਹੈ ਮੇਨਲੀ ਕਹਿੰਦਾ ਮਹਾਰਾਸ਼ਟਰ ਦੇ ਵਿੱਚ ਮੱਧ ਪ੍ਰਦੇਸ਼ ਤੇ ਗੁਜਰਾਤ ਦੇ ਵਿੱਚ ਤਾਂ ਦੇਖੋ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ ਤੇ ਇਹ ਹੁਣ ਆਪਾਂ ਦੇਖਦੇ ਹਾਂ ਵੀ ਕਿਹੜੀ ਸੋਇਲ ਹੋਊਗੀ ਦੇਖੋ ਗੁਜਰਾਤ ਮੱਧਿਆ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਵਿੱਚ ਕੀ ਪਾਇਆ ਜਾਂਦਾ ਤੁਹਾਨੂੰ ਸਭ ਨੂੰ ਪਤਾ ਸਭ ਤੋਂ ਜ਼ਿਆਦਾ ਕੀ ਪਾਈ ਜਾਂਦੀ ਹੈ ਕਾਟਨ ਪਾਈ ਜਾਂਦੀ ਹੈ ਕਪਾਹ ਪਾਈ ਜਾਂਦੀ ਹੈ ਕਾਟਨ ਤਾਂ ਕਾਟਨ ਦੇ ਵਾਸਤੇ ਸਭ ਤੋਂ ਬੈਸਟ ਸੋਇਲ ਕਿਹੜੀ ਹੁੰਦੀ ਹੈ ਬਲੈਕ ਸੋਇਲ ਜਿਹਨੂੰ ਆਪਾਂ ਰੈਗੂਰ ਸੋਇਲ ਵੀ ਕਹਿ ਦਿੰਨੇ ਆ ਤਾਂ ਇੱਕ ਆਪਾਂ ਆਈਡੀਆ ਲਗਾ ਸਕਦੇ ਹਾਂ ਅੱਗੇ ਹੈਗਾ ਜੀ ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਮਾਈਕਰੋ ਇਰੀਗੇਸ਼ਨ ਸਿਸਟਮ ਠੀਕ ਹੈ ਜੀ ਤਾਂ ਮਾਈਕਰੋ ਇਰੀਗੇਸ਼ਨ ਸਿਸਟਮ ਜਿਵੇਂ ਆਪਾਂ ਸਰਪ੍ਰਾਈਕਲ ਹੁੰਦੀ ਆ ਡ੍ਰਿਪ ਹੁੰਦੀ ਆ ਠੀਕ ਹੈ ਜੀ ਬੇਸਨ ਮੈਥਡ ਹੁੰਦਾ ਤਾਂ ਇਹਦੇ ਵਿੱਚ ਦੇਖੋ ਜਿਹੜਾ ਸਰਫੇਸ ਇਰੀਗੇਸ਼ਨ ਹੁੰਦੀ ਨਾ ਜਿਹਦੇ ਵਿੱਚ ਆਪਾਂ ਖੁੱਲਾ ਪਾਣੀ ਛੱਡ ਦਿੰਨੇ ਆ ਠੀਕ ਹੈ ਉਹ ਨਹੀਂ ਆਉਂਦਾਗਾ ਮਾਈਕਰੋ ਦੇ ਵਿੱਚ ਉਹ ਨਹੀਂ ਆਉਂਦਾ ਤਾਂ ਡੀ ਆਨਸਰ ਆ ਜਾਊਗਾ ਅੱਗੇ ਗੱਲ ਕਰਦੇ ਆਂ ਜੀ ਕਾਲਾ ਨਮਕ ਪੈਡੀ ਠੀਕ ਹੈ ਕਾਲਾ ਨਮਕ ਪੈਡੀ ਦੇਖੋ ਕਾਲਾ ਨਮਕ ਪੈਡੀ ਇਦਾਂ ਦੀ ਹੁੰਦੀ ਆ ਤੇ ਇਹ ਕਹਿੰਦਾ ਵਿਚ ਪਾਰਟ ਆਫ ਦਾ ਉੱਤਰ ਪ੍ਰ ਕਿਸ ਪਾਰਟ ਦੇ ਵਿੱਚ ਉਗਾਈ ਜਾਂਦੀ ਹੈ ਬੇਟੇ ਤਾਂ ਇਹ ਈਸਟਰਨ ਉੱਤਰ ਪ੍ਰਜਯੂਪੀ ਦੇ ਵਿੱਚ ਉਗਾਈ ਜਾਂਦੀ ਹੈ ਈਸਟਰਨ ਪਾਰਟ ਆਫ ਯੂਪੀ ਅੱਗੇ ਹੈਗਾ ਬੇਟੇ ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਦਾ ਬ੍ਰਾਂਚ ਆਫ ਦਾ ਐਗਰੀਕਲਚਰਲ ਸਾਇੰਸ ਵਿਚ ਡੀਲ ਵਿਦ ਦਾ ਪ੍ਰਿੰਸੀਪਲ ਲੈਂਡ ਪ੍ਰੈਕਟਿਸ ਆਫ ਦਾ ਸੋਇਲ ਵਾਟਰ ਐਂਡ ਕ੍ਰੌਪ ਮੈਨੇਜਮੈਂਟ ਵਾਟ ਇਜ਼ ਦਾ ਨੇਮ ਆਫ दैट ਬ੍ਰਾਂਚ ਤਾਂ ਉਸ ਬ੍ਰਾਂਚ ਦਾ ਨਾਮ ਦੱਸਣਾ ਤੁਸੀਂ ਠੀਕ ਹੈ ਜਿਹੜੀ ਇਹਦੇ ਨਾਲ ਡੀਲ ਕਰਦੀ ਹੈ ਤਾਂ ਇਹਦਾ ਹੈਗਾ ਜੀ ਐਗਰੋਨੋਮੀ ਠੀਕ ਹੈ ਐਗਰੋਨੋਮੀ ਅੱਗੇ ਗੱਲ ਕਰਦੇ ਆ ਜੀ ਅੱਜ ਬਹੁਤ ਵਧੀਆ ਕੁਐਸਚਨ ਹੈ ਹੋ ਸਕਦਾ ਵੀ ਆ ਜਾਵੇ ਐਗਰੀਕਲਚਰ ਜਿਹੜੀ ਸੈਂਸਸ ਹੁੰਦੀ ਹੈ ਮਰਦਮਸ਼ੁਮਾਰੀ ਹੁੰਦੀ ਹੈ ਕਿੰਨੇ ਸਾਲ ਬਾਅਦ ਹੁੰਦੀ ਹੈ ਤਾਂ 5 ਸਾਲ ਬਾਅਦ ਹੁੰਦੀ ਹੈ ਜਿਹੜੀ ਆਮ ਆਪਣੇ ਇਨਸਾਨਾਂ ਦੀ ਹੁੰਦੀ 10 ਸਾਲ ਬਾਅਦ ਹੁੰਦੀ ਹੈ ਤੇ ਐਗਰੀਕਲਚਰ ਸੈਂਸਸ 5 ਸਾਲ ਬਾਅਦ ਅੱਗੇ ਹੈਗਾ ਜੀ ਕਹਿੰਦਾ ਦਾ ਫਾਰਮਿੰਗ ਇਨ ਵਿੱਚ ਫਾਰਮਰ ਫੋਕਸ ਔਨ ਦਾ ਗਰੋਇੰਗ ਏਨਫ ਫੂਡ ਟੂ ਫੀਡ ਥੈਮਸੈਲਫ ਐਂਡ ਅਦਰ ਫੈਮਿਲੀ ਮੈਂਬਰ ਸਿਰਫ ਆਪਣਾ ਢਿੱਡ ਭਰਨ ਵਾਸਤੇ ਜਿਹੜਾ ਮਤਲਬ ਕਿ ਆਪਾਂ ਕਰਦੇ ਆ ਖੇਤੀਬਾੜੀ ਉਹਨੂੰ ਕੀ ਕਹਿੰਦੇ ਰਾਜੇ ਤਾਂ ਫਾਰਮਿੰਗ ਜਾਂ ਐਗਰੀਕਲਚਰ ਠੀਕ ਹੈ ਐਗਰੀਕਲਚਰ ਅੱਗੇ ਗੱਲ ਕਰਦੇ ਆਂ ਬੇਟੇ ਆਪਾਂ 골ਡਨ ਰੈਵਿਊਸ਼ਨ ਕਿਹਦੇ ਨਾਲ ਰਿਲੇਟਡ ਹੈ ਤਾਂ ਨਾਮ ਤੋਂ ਕਲੀਅਰ ਦੇਖੋ 골ਡਨ 골ਡਨ ਹੈਗੀ ਅੱਜ ਆਪਣੇ ਹਣੀ ਤੇ ਹਾਰਟੀਕਲਚਰ ਦੇ ਨਾਲ ਹਣੀ ਤੇ ਹਾਰਟੀਕਲਚਰ ਦੇ ਨਾਲ ਅੱਗੇ ਆ ਗਿਆ ਜੀ ਕਹਿੰਦਾ ਮੈਥਡ ਆਫ ਦਾ ਹਾਰਵੈਸਟਿੰਗ ਅ ਕ੍ਰੌਪ ਵਿਚ ਲੀव्स ਦਾ ਰੂਟ ਐਂਡ ਦਾ ਲੋਅਰ ਪਾਰਟ ਆਫ ਦਾ ਪਲਾਂਟ ਅਨ ਕਟ ਜਿਵੇਂ ਆਪਾਂ ਮੰਨ ਲਓ ਕੋਈ ਆ ਕੋਈ ਫਸਲ ਸੀਗੀ ਆਪਾਂ ਕੀ ਕੀਤਾ ਉਹਦਾ ਥਰਡਾ ਪਾਰਟ ਛੱਡ ਦਿੰਨੇ ਕਿਉਂਕਿ ਅਗਲੀ ਵਾਰੀ ਫੇਰ ਉਹ ਆਜੂਗੀ ਬਾਰ-ਬਾਰ ਆਪਾਂ ਉਤੋਂ ਕੀ ਲੈਣੇ ਆ ਫਸਲ ਲੈਣੇ ਜਿਵੇਂ ਫੂਡਰ ਕ੍ਰੌਪਸ ਹੁੰਦੀਆਂ ਨੇ ਤਾਂ ਇਹ ਦੇ ਵਿੱਚ ਕਹਿੰਦਾ ਕੀ ਆਜੂਗਾ ਕਹਿੰਦਾ ਵੀ ਅਨਕਟ ਟੂ ਗਿਵ ਦਾ ਸਬਟਲ ਕ੍ਰੌਪਸ ਇਜ਼ ਨੋਨ ਐਸ ਤਾਂ ਇਹਨੂੰ ਅੱਜ ਕਾਦੇ ਵਾਸਤੇ ਕਰਦੇ ਆ ਮਤਲਬ ਕਿ ਇਹ ਕਿਹੜੀਆਂ ਹੁੰਦੀਆਂ ਨੇ ਮਤਲਬ ਇਸ ਇਸ ਚੀਜ਼ ਨੂੰ ਆਪਾਂ ਕੀ ਕਹਿੰਨੇ ਆ ਇਹਨੂੰ ਕਹਿ ਦਿੰਦੇ ਆ ਰੂਟੋਨਿੰਗ ਜਿਵੇਂ ਆਪਾਂ 슈ਗਰ ਕੇਨ ਦਾ ਵੀ ਐਵੇਂ ਕਰਦੇ ਆ ਨਾ ਗੰਨਾ ਇੱਕ ਵਾਰੀ ਕੱਟ ਲਿਆ ਫੇਰ ਅਗਲੀ ਵਾਰੀ ਉੱਗ ਜਾਂਦਾ ਕਲਰ ਆਫ ਦਾ ਟੈਗ ਯੂਜ਼ਡ ਔਨ ਦਾ ਸਰਟੀਫਾਈਡ ਸੀਡ ਬੈਗ ਤਾਂ ਸਰਟੀਫਾਈਡ ਸੀਡ ਬੈਗ ਦੇ ਉੱਪਰ ਜਿਹੜਾ ਕਲਰ ਯੂਜ਼ ਕੀਤਾ ਜਾਂਦਾ ਰਾਜੇ ਇਹ ਕਿਹੜਾ ਹੁੰਦਾ ਜੀ ਇਹ ਬਲੂ ਕਲਰ ਹੁੰਦਾ ਤਾਂ ਤੁਹਾਨੂੰ ਮੈਂ ਬਾਕੀ ਵੀ ਦੱਸੇ ਹੋਇਆ ਪਿਛਲੀ ਵੀਡੀਓ ਚ ਵੀ ਦੱਸੇ ਸੀਗੇ ਰਾਜੇ ਜਿਹੜੇ ਬ੍ਰੀਡਡ ਹੁੰਦੇ ਨੇ ਜੈਲ 골ਡਨ येलो ਹੁੰਦਾ ਜਾਂ येलो ਕਹਿ ਸਕਦੇ ਆ ਫਾਊਂਡੇਸ਼ਨ ਤੇ ਵਾਈਟ ਰਜਿਸਟਰ ਤੇ ਪਰਪਲ ਅਤੇ ਸਰਟੀਫਾਈਡ ਤੇ ਬਲੂ ਠੀਕ ਹੈ ਸਰਟੀਫਾਈਡ ਤੇ ਕਿਹੜਾ ਹੁੰਦਾ ਜੀ ਬਲੂ ਹੁੰਦਾ ਅੱਗੇ ਆ ਗਿਆ ਰਾਜੇ ਕਹਿੰਦਾ ਦਾ ਲੀਫ ਕਰਲ ਡਿਸੀਜ਼ ਇਨ ਚਿੱਲੀ ਤਮਾਕੂ ਤੇ ਪਪਾਯਾ ਦੇ ਵਿੱਚ ਤਾਂ ਟਮਾਟਰ ਦੇ ਵਿੱਚ ਕਿਹੜੀ ਪਾਈ ਜਾਂਦੀ ਹੈ ਤਾਂ ਠੀਕ ਹੈ ਜੀ ਮਤਲਬ ਕਿ ਇਹ ਕਾਦੇ ਕਰਕੇ ਹੁੰਦੀ ਆ ਠੀਕ ਹੈ ਤਾਂ ਦੱਸਣਾ ਤੁਸੀਂ ਮੈਨੂੰ ਆਨਸਰ 48 ਦਾ ਤਾਂ ਇਹ ਹੁੰਦਾ ਜੀ ਵਾਇਰਸ ਬੋਰਨ ਡਿਸੀਜ਼ ਠੀਕ ਹੈ ਜੀ ਵਾਇਰਸ ਬੋਰਨ ਡਿਸੀਜ਼ ਅੱਗੇ ਆ ਗਿਆ ਜੀ ਆਪਣਾ ਕਹਿੰਦਾ ਇੰਡੀਅਨ ਇੰਸਟੀਚਿਊਟ ਆਫ ਦਾ ਵੈਜੀਟੇਬਲ ਰਿਸਰਚ ਕਿੱਥੇ ਹੈ ਜੀ ਇਹ ਇਹ ਹੈਗਾ ਜੀ ਵਾਰਾਨਸੀ ਦੇ ਵਿੱਚ ਅੱਗੇ ਪੂਸਾ ਆਰਚ 30 ਇਸ ਦਾ ਹਾਈਬ੍ਰਿਡ ਵੈਰਾਈਟੀ ਠੀਕ ਹੈ ਜੀ ਬਹੁਤ ਵਧੀਆ ਕੁਐਸਚਨ ਹੈ ਇਹ ਹੈਗਾ ਜੀ ਬਾਸਮਤੀ ਰਾਈਸ ਦਾ ਅੱਗੇ ਫਰੂਟ ਕਰੈਕਿੰਗ ਡਿਸੀਜ਼ ਜਿਵੇਂ ਆਪਾਂ ਅਨਾਰ ਪੋਮੇਗ੍ਰੇਨੇਟ ਜਿਵੇਂ ਅਨਾਰ ਵਿਚਾਲੋਂ ਪਾੜ ਜਾਂਦਾ ਹਨਾ ਸੈਂਟਰ ਦੇ ਵਿੱਚੋਂ ਕਹਿੰਦਾ ਇਹ ਇਹ ਕਾਦੇ ਦੀ ਡੈਫੀਸ਼ੈਂਸੀ ਕਰਕੇ ਹੁੰਦਾ ਜੇ ਇਹ ਅਨਾਰ ਪਾੜਦਾ ਕਿਉਂ ਹੈ ਇਹ ਬੋਰਨ ਦੀ ਡੈਫੀਸ਼ੈਂਸੀ ਕਰਕੇ ਹੁੰਦਾ ਬੋਰਨ ਦੀ ਕਮੀ ਕਰਕੇ ਅੱਗੇ ਆ ਗਿਆ ਜੀ ਕਹਿੰਦਾ ਹੂ ਡਿਟਰਮਾਈਨ ਦਾ ਮਿਨੀਮਮ ਸਪੋਰਟ ਪ੍ਰਾਈਸ ਇਨ ਇੰਡੀਆ ਐਮ ਐਸ ਪੀ ਜੀ ਦਾ ਰੋਲਾ ਰੋਲਾ ਚੱਲ ਰਿਹਾ ਆਪਣੇ ਕਿਸਾਨ ਭਰਾਵਾਂ ਦਾ ਤੇ ਇਹ ਇਹਨੂੰ ਡਿਸਾਈਡ ਕੌਣ ਕਰਦਾ ਰਾਜੇ ਐਮ ਐਸ ਪੀ ਨੂੰ ਇਹ ਹੀ ਪੁੱਛ ਰਿਹਾ ਤਾਂ ਇਹਦੇ ਵਾਸਤੇ ਹੁੰਦਾ ਰਾਜੇ ਦਾ ਕਮਿਸ਼ਨ ਆਫ ਫਾਰ ਐਗਰੀਕਲਚਰ ਕੋਸਟ ਐਂਡ ਪ੍ਰਾਈਸਿਸ ਠੀਕ ਹੈ ਇਹ ਕਰਦਾ ਡਿਸਾਈਡ ਅੱਗੇ ਹੈਗਾ ਜੀ ਕਹਿੰਦਾ ਵਿਚ ਸਟੇਟ ਆਫ ਇੰਡੀਆ ਇਜ਼ ਦਾ ਲਾਰਜੈਸਟ ਪ੍ਰੋਡਿਊਸਰ ਆਫ ਦਾ ਚਿਲੀਜ਼ ਐਂਡ ਟਰਮਰਿਕ ਠੀਕ ਹੈ ਜੀ ਤਾਂ ਹਲਦੀ ਤੇ ਜਿਹੜੀਆਂ ਮਿਰਚਾਂ ਹੁੰਦੀਆਂ ਇਹ ਇਹਦਾ ਤਪਾਦ ਕੌਣ ਸਭ ਤੋਂ ਵੱਧ ਕਰਦਾ ਰਾਜੇ ਤਾਂ ਇਹਦਾ ਤਪਾਦ ਕਰਦਾ ਜੀ ਆਂਧਰਾ ਪ੍ਰਦੇਸ਼ ਅੱਗੇ ਆਗਾ ਜੀ ਜੈਲੋ ਵੀਨ ਮੋਸਿਕ ਇਜ਼ ਅ ਸੀਰੀਅਸ ਡਿਸੀਜ਼ ਤਾਂ ਦੇਖੋ ਕਲਰ yellow ਹੋ ਗਿਆ ਤਾਂ ਇਹ ਪਤਾ ਕੀਤਾ ਹੈਗਾ ਭਾਈ ਭਿੰਡੀ ਦਾ ਜਿਹਨੂੰ ਆਪਾਂ ਕਹਿੰਦੇ ਨੇ ਓਕਰਾਂ ਅੱਗੇ ਗੱਲ ਕਰਦੇ ਆਂ ਬੇਟੇ ਕਹਿੰਦਾ ਵਿੱਚ ਮੰਗ ਦਾ ਫੋਲੋਇੰਗ ਹੈਜ਼ ਦਾ ਹਾਈਐਸਟ ਪ੍ਰੋਡਕਸ਼ਨ ਆਫ ਦਾ ਪਲਸੀਜ਼ ਤਾਂ Madhya Pradesh ਕਰਦਾ ਜੀ ਦਾਲਾਂ ਦਾ ਉਤਪਾਦਨ ਸਭ ਤੋਂ ਜ਼ਿਆਦਾ ਅੱਗੇ ਆ ਗਿਆ ਜੀ ਡੋਲਮਾਈਟ ਪਾਊਡਰ ਆਪਾਂ ਪਾਉਨੇ ਆ ਅਪਲਾਈਡ ਕਰਦੇ ਆਂ ਐਗਰੀਕਲਚਰ ਦੇ ਲੈਂਡ ਦੇ ਵਿੱਚ ਇਹਦਾ ਮਤਲਬ ਕਿ ਇਹ ਪਰਪਸ ਕੀ ਹੈ ਰਾਜੇ ਇਹ pH ਵੈਲਿਊ ਵਧਾਉਂਦਾ ਕਿ ਦੀ ਮਿੱਟੀ ਦੀ ਅੱਗੇ ਗੱਲ ਕਰਦੇ ਆਂ ਬੇਟੇ ਨੈਕਸਟ 57 ਦਾ ਕਹਿੰਦਾ ਵਿੱਚ 1 ਆਫ ਦਾ ਫਾਲੋਇੰਗ ਇਜ਼ ਦਾ ਮੇਜਰ ਕੈਸ਼ ਕ੍ਰੌਪ ਆਫ ਉਤਰਾਖੰਡ ਹਣਾ ਉਤਰਾਖੰਡ ਪਹਿਲਾਂ ਜਯੂਪੀ ਦੇ ਵਿੱਚ ਹੀ ਸੀਗਾ ਤਾਂ ਜਯੂਪੀ ਦੀ ਜਿਹੜੀ ਮੇਜਰ ਕ੍ਰੌਪ ਹੈਗੀ ਰਾਜ ਹੋ ਸਕੀ ਸ਼ੂਗਰ ਕੈਨ ਗੰਨਾ ਤਾਂ ਸੇਮ ਹੀ ਕੀ ਹੋਊਗਾ ਉਤਰਾਖੰਡ ਦਾ ਹੋਊਗਾ ਅੱਗੇ ਕਰਦੇ ਆਂ ਜੀ ਕਰਨਾਲ ਬੰਟ ਕਰਨਾਲ ਬੰਟ ਦੇ ਵਿੱਚ ਦੇਖੋ ਦਾਣੇ ਵਿਚਾਲੋਂ ਕਾਲੇ ਹੋ ਜਾਂਦੇ ਆਂ ਦੇਖੋ ਦਾਣੇ ਕਿਹਦੇ ਹੈਗੇ ਇਹ ਬੀਟ ਦੇ ਆ ਤਾਂ ਕਰਨਾਲ ਬੰਟ ਜਿਹੜੀ ਡਿਸੀਜ਼ ਹੈਗੀ ਆ ਕਿ ਦੀ ਕਿਹੜੀ ਫਸਲ ਦੀ ਆ ਇਹ ਕਣਕ ਦੀ ਹੈ ਅੱਗੇ ਚੱਲਦੇ ਹਾਂ ਜੀ ਆਪਾਂ ਨੈਕਸਟ ਏਸ਼ੀਆ ਸਕੰਦ ਦਾ ਫਰਸਟ ਰਾਈਸ ਟੈਕਨੋਲੋਜੀ ਪਾਰਕ ਸਟੈਬਲਿਸ਼ ਕੀਤਾ ਗਿਆ ਇਹ ਕਿੱਥੇ ਕਿਹੜੀ ਸਟੇਟ ਦੇ ਵਿੱਚ ਕੀਤਾ ਗਿਆ ਤੁਸੀਂ ਇਹ ਦੱਸਣਾ ਤਾਂ ਰਾਜੇ ਇਹ ਕੀਤਾ ਗਿਆ ਆਪਣਾ ਕਰਨਾਟਕਾ ਦੇ ਵਿੱਚ ਠੀਕ ਆ ਜੀ ਕਿੱਥੇ ਕੀਤਾ ਗਿਆ ਕਰਨਾਟਕਾ ਦੇ ਵਿੱਚ ਅੱਗੇ ਖੈਰਾ ਡਿਸੀਜ਼ ਹੈ ਜੀ ਇਹ ਰਾਈਸ ਦੇ ਵਿੱਚ ਕਹਿੰਦਾ ਜਿਵੇਂ ਆ ਖੈਰਾ ਡਿਸੀਜ਼ ਹੈ ਇਹ ਕੀ ਦੀ ਡੈਫੀਸ਼ੈਂਸੀ ਕਰਕੇ ਜਾਂ ਕੀ ਦੀ ਕਮੀ ਕਰਕੇ ਹੁੰਦਾ ਰਾਜੇ ਇਹ ਤਾਂ ਇਹ ਰਾਜੇ ਹੁੰਦਾ Zn ਜ਼ਿੰਕ ਦੀ ਕਮੀ ਕਰਕੇ ਅੱਗੇ ਆ ਗਿਆ ਜੀ ਕਹਿੰਦਾ ਤਾਂ ਵਾਟਰ ਹੋਲਡਿੰਗ ਕਪੈਸਿਟੀ ਆਫ ਦਾ ਡਿਫਰੈਂਟ ਟਾਈਪ ਆਫ ਸੋਇਲ ਡਿਕਰੀジング ਆਰਡਰ ਤੇ ਦੱਸਣਾ ਠੀਕ ਹੈ ਜੀ ਤਾਂ ਦੇਖੋ ਸਭ ਤੋਂ ਵੱਧ ਕਿਹਦੇ ਵਿੱਚ ਹੁੰਦੀ ਹੈ ਤੁਸੀਂ ਦੇਖਿਆ ਹੋਊਗਾ ਸਭ ਤੋਂ ਥੋੜਾ ਮੈ ਕਰਾਇਆ ਹੋਇਆ ਜਿਹੜੇ ਛੋਟੇ ਛੋਟੇ ਪਾਰਟੀਕਲ ਹੁੰਦੇ ਕਿਹਦੇ ਵਿੱਚ ਹੁੰਦੇ ਆ ਕਲੇ ਦੇ ਵਿੱਚ ਫਿਰ ਜਿਹੜੀ ਜਿਹੜੀ ਸੈਂਡੀ ਹੁੰਦੀ ਆ ਉਹਦੇ ਵਿੱਚ ਕੀ ਹੁੰਦਾ ਵੱਡੇ ਪਾਰਟੀਕਲ ਆ ਜਾਂਦੇ ਆ ਫਿਰ ਸਿਲਟ ਦੇ ਵਿੱਚ ਕੀ ਹੁੰਦੇ ਥੋੜੇ ਜਿਹਾ ਹੋਰ ਛੋਟੇ ਆ ਜਾਂਦੇ ਉਸ ਤੋਂ ਤਾਂ ਕਹਿਣ ਦਾ ਭਾਵ ਜਿੰਨੇ ਵੱਧ ਪਾਰਟੀਕਲ ਹੋਣਗੇ ਓਨੇ ਵੱਧ ਕੀ ਕਰੂਗੀ ਉਹ ਹੋਲਡ ਕਰਕੇ ਰੱਖੂਗੀ ਤਾਂ 61 ਦਾ ਮੇਰੇ ਸਾਹਮਣੇ ਵਾਲ ਸਭ ਤੋਂ ਜ਼ਿਆਦਾ ਹੁੰਦੀ ਹੈ ਜੀ ਕਲੇ ਦੇ ਵਿੱਚ ਫਿਰ ਸਿਲਟ ਦੇ ਵਿੱਚ ਤੇ ਫਿਰ ਸੈਂਡ ਦੇ ਵਿੱਚ ਤਾਂ ਇਹ ਆਨਸਰ ਬਣਦਾ 61 ਦਾ ਨੈਕਸਟ ਮੂਵ ਕਰਦੇ ਆਂ ਜੀ ਆਪਾਂ ਦਾ ਬਲੈਕ ਰਸਟ ਡਿਸੀਜ਼ ਆਫ ਦਾ ਬੀਟ ਠੀਕ ਹੈ ਬਲੈਕ ਰਸਟ ਰਸਟ ਜਿਹੜੀ ਡਿਸੀਜ਼ ਹੈਗੀ ਆ ਉਹ ਕਾਦੇ ਕਰਕੇ ਹੁੰਦੀ ਹੈ ਤਾਂ ਇਹ ਹੁੰਦੀ ਹੈ ਥੋੜੀ ਰਾਜੇ ਆਪਣਾ ਆਨਸਰ ਹੈਗਾ ਜੀ ਇਹਦਾ ਬੀ ਇਹ ਹੈਗਾ ਜੀ ਪੁਕਸੀਨੀਆ ਗ੍ਰਮੀਨਸ ਠੀਕ ਹੈ ਅੱਗੇ ਹੈਗਾ ਜੀ ਟੋਡਾ ਟੋਡਾ ਇਜ਼ ਦਾ ਬਰੀਡ ਆਫ ਠੀਕ ਹੈ ਜੀ ਤੁਸੀਂ ਦੇਖੋ ਜਾਨਵਰਾਂ ਦੀ ਬਰੀਡ ਵਗੈਰਾ ਵੀ ਮੈਂ ਕਰਾਈਆਂ ਹੋਈਆਂ ਰਾਜੇ ਇਹ ਵੀ ਜ਼ਰੂਰ ਤੁਸੀਂ ਦੇਖ ਲੈਣੀਆਂ ਨੇ ਇੱਥੇ ਵੀ ਕੁਐਸਚਨ ਪੁੱਛਿਆ ਜਾ ਸਕਦਾ ਰਾਜੇ ਇਹ ਬਫੈਲੋ ਦੀ ਹੈ ਮੱਝ ਦੀ ਬਰੀਡ ਹੈ ਅੱਗੇ ਹੈਗਾ ਜੀ ਵਿਚ 1 ਆਫ ਦਾ ਫੋਲੋਇੰਗ ਫੈਰਟਾਈਜ਼ਰ ਇਜ਼ ਨੋਨ ਐਸ ਕਿਸਾਨ ਖਾਦ ਕਿਸਾਨ ਖਾਦ ਦੇ ਵਜੋਂ ਜਾਣਿਆ ਜਾਂਦਾ ਕਿਹੜਾ ਫੈਰਟਾਈਜ਼ਰ ਤਾਂ ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ ਅੱਗੇ ਦਾ ਸ਼ੂਟ ਐਂਡ ਦਾ ਫਰੂਟ ਬੋਰਰ ਜੈਸਿਡਸ spider mites and the leaf rollers are the major pest of which of the following vegetable crop ਇਹ ਸਾਰੇ ਪੈਸਟ ਨੇ ਪੈਸਟ ਤੋਂ ਬਹੁਤ ਕੁਸ਼ਣ ਆਉਂਦੇ ਨੇ ਤਾਂ ਇਹ ਕਿਹਦੇ ਨੇ ਰਾਜੇ ਇਹ ਭਿੰਡੀ ਦੇ ਨੇ ਸਾਰੇ ਅੱਗੇ ਆ ਗਿਆ ਜੀ ਸੋਲਜਰ ਇਨਸੈਕਟ ਹਾਰਮਸ ਵਿਚ ਕ੍ਰੌਪ ਮੋਰ ਇਹ ਵੈਸੇ ਸਾਰੀਆਂ ਫਸਲਾਂ ਨੂੰ ਜਿਆਦਾ ਖਰਾਬ ਕਰਦਾ ਏ ਆ ਸੋਲਜਰ ਇਨਸੈਕਟ ਵੈਸੇ ਸਾਰੀਆਂ ਨੂੰ ਕਰਦਾ ਪਰ ਸਭ ਤੋਂ ਵੱਧ ਕਿਹਨੂੰ ਕਰਦਾ ਇਹ ਪੁੱਛ ਰਿਹਾ ਕੁਸ਼ਣ ਦੇ ਵਿੱਚ ਸਭ ਤੋਂ ਵੱਧ ਕਰਦਾ ਜੀ ਇਹ ਪੈਡੀ ਨੂੰ ਠੀਕ ਹੈ ਜੀ 66 ਦਾ ਡੀ ਅੱਗੇ ਹੈਗਾ ਜੀ ਕਹਿੰਦਾ ਹੂ ਅਮੰਗ ਦਾ ਫਾਲੋਇੰਗ ਯੂਜ਼ਡ ਦਾ ਟਰਮ ਐਵਰਗ੍ਰੀਨ ਰੈਵੋਲੂਸ਼ਨ ਠੀਕ ਹੈ ਜੀ ਐਵਰਗ੍ਰੀਨ ਰੈਵੋਲੂਸ਼ਨ ਫਾਰ ਦਾ ਇਨਕਰੀਜ਼ਿੰਗ ਐਗਰੀਕਲਚਰ ਪ੍ਰੋਡਿਊਸਿੰਗ ਇਨ ਇੰਡੀਆ ਤਾਂ ਪਿਛਲੀ ਵਾਰੀ ਮੈਂ ਕਰਵਾਇਆ ਸੀ ਗ੍ਰੀਨ ਰੈਵੋਲੂਸ਼ਨ ਦੀ ਟਰਮ ਨੂੰ ਇਸ ਵਾਰੀ ਮੈਂ ਕਰਾ ਰਿਹਾ ਐਵਰਗ੍ਰੀਨ ਰੈਵੋਲੂਸ਼ਨ ਤਾਂ ਇਹਦਾ 67 ਦਾ ਆਨਸਰ ਬਣਦਾ ਰਾਜੇ ਤੁਹਾਡਾ ਐਮ ਐਸ ਸੁਆਮੀਨਾਥਨ ਜੀ ਨੇ ਇਹ ਟਰਮ ਕੋਇਨਡ ਕੀਤੀ ਸੀ ਅੱਗੇ ਆ ਗਿਆ ਜੀ ਨੋਰਮਲ ਬਰਲੌਗ ਜਿਹੜਾ ਫਾਦਰ ਆਫ ਵਰਡ ਦੇ ਵਿੱਚ ਮੰਨਿਆ ਜਾਂਦਾ ਆਪਣਾ ਗ੍ਰੀਨ ਰੈਵਿਊਲੂਸ਼ਨ ਦੇ ਫਾਦਰ ਮੰਨੇ ਜਾਂਦੇ ਆ ਕਿਹੜੀ ਸਟੇਟ ਤੋਂ ਬਿਲੋਂਗ ਕਰਦੇ ਇਸ ਕਿਹੜੀ ਕੰਟਰੀ ਤੋਂ ਇਹ ਯੂਨਾਈਟਿਡ ਸਟੇਟ ਆਫ ਅਮਰੀਕਾ ਨੂੰ ਬਿਲੋਂਗ ਕਰਦੇ ਆ ਠੀਕ ਹੈ ਹੋ ਸਕਦਾ ਵੀ ਡੀਪਲੀ ਪੁੱਛਣਾ ਥੋੜਾ ਜਿਆ ਅੱਗੇ ਆ ਗਿਆ ਜੀ ਕਹਿੰਦਾ ਗ੍ਰੀਨ ਰੈਵਿਊਲੂਸ਼ਨ ਰੈਫਰ ਟੂ ਗ੍ਰੀਨ ਰੈਵਿਊਲੂਸ਼ਨ ਨੂੰ ਆਪਾਂ ਕਹਿੰਨੇ ਕੀ ਕਹਿ ਸਕਦੇ ਆ ਮਤਲਬ ਇਹ ਲਿਖੀ ਸਟੇਟਮੈਂਟ ਦੇ ਵਿੱਚੋਂ ਤਾਂ ਇਹਨੂੰ ਆਪਾਂ ਕਹਿ ਸਕਦੇ ਆ ਰਾਜੇ ਹਾਈ ਜੀਲਡਿੰਗ ਵੈਰਾਈਟੀ ਪ੍ਰੋਗਰਾਮ ਠੀਕ ਹੈ ਕਿਉਂਕਿ ਇਹਦੇ ਵਿੱਚ ਨਾ ਐ ਠੀਕ ਹੈ ਹਾਈ ੀਲਡਿੰਗ ਵੈਰਾਈਟੀ 69 ਤੋਂ ਬਾਅਦ ਅਗਲਾ ਕੁਐਸਚਨ ਦੇਖਦੇ ਹਾਂ 70 ਵਿਚ ਆਫ ਦਾ ਫੋਲੋਇੰਗ ਕ੍ਰੌਪ ਇਜ਼ ਨਾਟ ਅ ਪਾਰਟ ਆਫ ਦਾ ਹਾਈ ੀਲਡਿੰਗ ਵੈਰਾਈਟੀ ਪ੍ਰੋਗਰਾਮ ਤਾਂ ਰਾਜੀ ਦੇਖੋ ਜਿਹੜੀ ਕਿਹੜੀ ਕ੍ਰੌਪ ਨਹੀਂ ਸੀਗੀ ਇਹਦੇ ਵਿੱਚ ਦੇਖੋ ਰਾਈਸ ਬੀਟ ਤੇ ਜਵਾਰ ਫੂਡਰ ਕ੍ਰੌਪਸ ਤਾਂ ਸਾਰੀ ਸੌਰੀ ਉਹ ਸੀਰੀਅਲ ਕ੍ਰੌਪਸ ਤਾਂ ਸਾਰੀਆਂ ਸੀਗੀਆਂ ਨਾਜ ਵਾਲੀਆਂ ਫਸਲਾਂ ਲੇਕਿਨ ਜਿਹੜੇ ਪਲਸਿਸ ਸੀਗੇ ਪਲਸਿਸ ਨਹੀਂ ਸੀਗੇ ਇਹਦੇ ਵਿੱਚ ਠੀਕ ਹੈ ਜੀ ਪਲਸਿਸ ਨਹੀਂ ਹੈਗੀ ਸੀਗੀ ਅੱਗੇ ਹੈਗਾ ਜੀ ਵਿਚ ਆਫ ਦਾ ਫੋਲੋਇੰਗ ਸਟੇਟ ਹੈਜ਼ ਦਾ ਹਾਈਐਸਟ ਇਰੀਗੇਸ਼ਨ ਕਵਰੇਜ ਤਾਂ ਸਭ ਤੋਂ ਜ਼ਿਆਦਾ ਦੇਖੋ ਇਰੀਗੇਸ਼ਨ ਕਵਰੇਜ ਕਿਹਦੀ ਹੋਊਗੀ ਓਬਵੀਅਸ ਹੈ ਪੰਜਾਬ ਦੀ ਹੋਊਗੀ ਕਿਉਂਕਿ ਪੰਜਾਬ ਕੋਲ ਟਿਊਬਲ ਵੀ ਹੈਗੇ ਤੇ ਨਹਿਰਾਂ ਦਾ ਪਾਣੀ ਵੀ ਹੈਗਾ ਅੱਗੇ ਹੈਗਾ ਜੀ ਅਨਦਰ ਨੇਮ ਆਫ ਦਾ ਐਸਿਡ অর ਅਲਕਲਾਈਨ ਸੋਇਲ ਤੁਹਾਨੂੰ ਮੈਂ ਦੱਸ ਗਿਆ ਤੇ ਇਹਨੂੰ ਕੀ ਕਹਿੰਦੇ ਰੱਜ ਪੰਜਾਬੀ ਦੇ ਵਿੱਚ ਕਲਰ ਕਹਿੰਦੇ ਆ ਕੀ ਕਹਿੰਦੇ ਆ ਕਲਰ ਕਹਿੰਦੇ ਆ ਅੱਗੇ ਆਗਾ ਜੀ ਦਾ ਟਰਮ ਗ੍ਰੀਨ ਰੈਗੂਲੇਸ਼ਨ ਇਜ਼ ਯੂਜ਼ਡ ਟੂ ਸ਼ੋ ਹਾਇਰ ਪ੍ਰੋਡਕਸ਼ਨ ਆਫ ਦਾ ਇਹਦਾ ਆਨਸਰ ਕੀ ਆਊਗਾ ਜੀ 73 ਦਾ 73 ਦਾ ਆਊਗਾ ਜੀ ਰਾਜੇ ਪਰ ਹੈਕਟੇਅਰ ਐਗਰੀਕਲਚਰਲ ਆਉਟਪੁੱਟ ਮਤਲਬ ਇੱਕ ਕਿੱਲੇ ਦੇ ਵਿੱਚੋਂ ਆਪਾਂ ਕਿੰਨੀ ਫਸਲ ਲੈ ਰਹੇ ਆ ਉਹਦੇ ਵਾਸਤੇ ਯੂਜ਼ ਕੀਤੀ ਗਈ ਸੀ ਗ੍ਰੀਨ ਰੈਵਿਊਲੂਸ਼ਨ ਤੇ ਸਭ ਤੋਂ ਵੱਧ ਮਤਲਬ ਕੀ ਪੰਜਾਬ ਦੇ ਵਿੱਚ ਕੀ ਹੋਇਆ ਸੀਗਾ ਇਹ ਸਕਸੈਸਫੁਲ ਹੋਈ ਸੀਗੀ ਠੀਕ ਹੈ ਹੁਣ ਕਈ ਬੱਚੇ ਕਹਿੰਦੇ ਸਰ ਜੀ ਇਹ ਸ਼ੁਰੂ ਕਿੱਥੋਂ ਹੋਈ ਸੀ ਪੰਜਾਬ ਦੇ ਵਿੱਚੋਂ ਨਹੀਂ ਇਹ ਸ਼ੁਰੂ ਹੋਈ ਸੀ ਰਾਜੇ ਪੰਤਨਗਰ ਦੇ ਵਿੱਚੋਂ ਪੰਤਨਗਰ ਜਿੱਥੇ ਥੋੜੀ ਪਹਿਲੀ ਐਗਰੀਕਲਚਰਲ ਯੂਨੀਵਰਸਿਟੀ ਹੈ ਠੀਕ ਹੈ ਉਤਰਾਖੰਡ ਅੱਗੇ ਹੈਗਾ ਜੀ ਵਿਚ ਆਫ ਦਾ ਫੋਲੋਇੰਗ ਟਾਈਪਸ ਆਫ ਦਾ ਸੋਇਲ ਹੈਵ ਅ ਮਾਰਕਡ ਕੈਪੈਸਿਟੀ ਟੂ ਰੀਟੇਨ ਵਾਟਰ ਠੀਕ ਹੈ ਜੀ ਤਾਂ ਇਹਦਾ ਆਨਸਰ ਕੀ ਆਊਗਾ ਜੀ ਆਪਣੇ ਕੋਲੇ ਇਹਦਾ ਆਨਸਰ ਆਊਗਾ ਜੀ ਜਿਹੜੀ ਆਪਣੀ ਬਲੈਕ ਸੋਇਲ ਹੁੰਦੀ ਜਿਹਨੂੰ ਆਪਾਂ ਰੈਗਰ ਸੋਇਲ ਕਹਿ ਦਿੰਨੇ ਆ ਉਹਦੇ ਵਿੱਚ ਸਭ ਤੋਂ ਵੱਧ ਕੈਪੈਸਿਟੀ ਹੁੰਦੀ ਹੈ ਅੱਗੇ ਹੈਗਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਦਾ ਮੋਸਟ ਇੰਪੋਰਟੈਂਟ ਫੈਕਟਰ ਇਨ ਦਾ ਸੋਇਲ ਫਾਰਮੇਸ਼ਨ ਠੀਕ ਹੈ ਜੀ ਮਤਲਬ ਕੀ ਬਨ ਦੇ ਵਿੱਚ ਕੌਣ ਸਹਾਇ ਹੁੰਦਾ ਮਿੱਟੀ ਦੇ ਬਨ ਦੇ ਵਿੱਚ ਕਿਹੜਾ ਫੈਕਟਰ ਦਾ ਸਹਾਇ ਹੁੰਦਾ ਤਾਂ ਕਲਾਈਮੇਟ ਹੁੰਦਾ ਬੇਟਾ ਉਥ ਐਟਮੋਸਫੇਅਰ ਕਲਾਈਮੇਟ ਵਗੈਰਾ ਕੀ ਹੈ ਪ੍ਰਭਾਵ ਪੈਂਦਾ ਬਹੁਤ ਜ਼ਿਆਦਾ ਅੱਗੇ ਹੈਗਾ ਜੀ ਦਾ ਲਾਰਜੇਸਟ ਐਂਡ ਦਾ ਮੋਸਟ ਇੰਪੋਰਟੈਂਟ ਸੋਇਲ ਗਰੁੱਪ ਆਫ ਦਾ ਇੰਡੀਆ ਕੰਟ੍ਰਿਬਿਊਟਿੰਗ ਟੂ ਦਾ ਕੰਟਰੀਜ਼ ਮੇਜਰ ਐਗਰੀਕਲਚਰ ਪ੍ਰੋਡਕਸ਼ਨ ਤਾਂ ਕਿਹੜਾ ਸੋਇਲ ਸਭ ਤੋਂ ਵੱਧ ਮਤਲਬ ਕਿ ਇੰਡੀਆ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ਤਾਂ ਇਹ ਹੈਗੇ ਰਾਜੇ ਐਲੋਇਲ ਸੋਇਲ ਠੀਕ ਹੈ ਜੀ ਇਸ ਨੂੰ ਪੜਾਇਆ ਵੀ ਹੋਇਆ ਅੱਗੇ ਇਹਦੇ ਦੋ ਪਾਰਟ ਨੇ ਖਾਦਰ ਤੇ ਬਾਂਗਰ ਅੱਗੇ ਹੈਗਾ ਜੀ ਦਾ ਲੇਟਰਾਈਟ ਸੋਇਲ ਇਜ਼ ਫਾਊਂਡ ਇਨ ਵਿੱਚ ਦਾ ਫਾਲੋਇੰਗ ਸਟੇਟ ਲੇਟਰਾਈਟ ਸੋਇਲ ਕਿਹੜੀ ਸਟੇਟ ਦੇ ਵਿੱਚ ਪਾਈ ਜਾਂਦੀ ਹੈ ਰਾਜੇ ਇਹ ਕੇਰਲਾ ਦੇ ਵਿੱਚ ਪਾਈ ਜਾਂਦੀ ਹੈ ਦਾ ਸੋਇਲ ਵਿਚ ਇਜ਼ ਅ ਮਿਕਸਚਰ ਆਫ ਦਾ ਸੈਂਡ ਕਲੇ ਐਂਡ ਸਿਲਟ ਕਹਿੰਦੇ ਆਪਾਂ ਤਿੰਨੇ ਇਹਦੇ ਵਿੱਚ ਟੈਕਚਰ ਆ ਜਾਂਦੇ ਆ ਕਲੇ ਵਾਲਾ ਵੀ ਆ ਜਾਂਦਾ ਚੀਖਣੀ ਮਿੱਟੀ ਜਿਹਨੂੰ ਆਪਾਂ ਕਹਿੰਦੇ ਨੇ ਸਿਲਟ ਆ ਜਾਂਦੀ ਹੈ ਥੋੜੀ ਜਿhst ਤੋਂ ਘੱਟ ਤੇ ਸੈਂਡੀ ਵੀ ਜਿਹੜਾ ਰੇਤਲਾ ਕਹਿੰਦੇ ਨੇ ਆਪਾਂ ਤਾਂ ਇਹਦਾ ਆਨਸਰ ਕੀ ਬਣੂਗਾ ਰਾਜੇ ਇਹਦਾ ਆਨਸਰ ਬਣੂਗਾ ਲੋਮੀ ਸੋਇਲ ਜਿਹਨੂੰ ਆਪਾਂ ਗਾਰਡਨ ਸੋਇਲ ਵੀ ਕਹਿ ਦਿੰਦੇ ਆ agriculture commodities are the graded with ਠੀਕ ਹੈ ਐਗਰੀਕਲਚਰ ਜਿਹੜੇ ਪ੍ਰੋਡਕਟ ਵੇਚਦੇ ਆ ਉਹਨੂੰ ਕੌਣ ਕਮਿਊਡੇਟ ਕਰਦਾ ਤਾਂ ਐਗ ਮਾਰਕ ਕਰਦਾ ਠੀਕ ਹੈ ਐਗ ਮਾਰਕ ਕਰਦਾ ਐਗ ਮਾਰਕ ਦੇ ਫੁੱਲ ਫਾਰਮ ਵੀ ਰਾਜੇ ਹੀ ਹੈ ਐਗਰੀਕਲਚਰ ਮਾਰਕੀਟਿੰਗ ਕੀ ਹੈ ਜੀ ਇਹਦੀ ਐਗਰੀਕਲਚਰ ਐਗਰੀ ਕਲਚਰਲ ਮਾਰਕੀਟਿੰਗ ਠੀਕ ਹੈ ਇਹ ਤਾਂ ਹੀ ਦਾ ਨਾਮ ਤਾਂ ਦੇਖੋ ਜਿੰਨੀਆਂ ਵੀ ਪ੍ਰੋਡਕਟ ਬੰਦੇ ਆ ਇਹਨੂੰ ਇਹੀ ਕਮਿਊਡੇਟ ਕਰੇਗਾ ਅੱਗੇ ਹੈਗਾ ਜੀ ਕਹਿੰਦਾ ਵਿਚ ਆਫ ਦਾ ਫੋਲੋਇੰਗ ਫੈਕਟਰ ਇਫੈਕਟ ਦਾ ਐਗਰੀਕਲਚਰ ਇਨ ਇੰਡੀਆ ਠੀਕ ਹੈ ਜੀ ਤਾਂ ਇਹਦੇ ਵਿੱਚ ਰਾਜ ਜਿਹੜੇ ਆਪਣੀ ਮੌਨਸੂਨਾਂ ਜਾਂ ਆਪਾਂ ਕਹਿ ਸਕਦੇ ਹਾਂ ਬਰਸਾਤ ਆ ਉੱਤੇ ਬਹੁਤ ਡਿਪੈਂਡ ਕਰਦੀ ਆਪਣੀ ਐਗਰੀਕਲਚਰ ਇੰਡੀਆ ਦੀ ਠੀਕ ਹੈ ਜੀ ਨੈਕਸਟ ਗੱਲ ਕਰਦੇ ਆ ਕਹਿੰਦਾ ਕਨਸੀਡਰ ਦਾ ਫੋਲੋਇੰਗ ਕ੍ਰੋਪਸ ਕਾਟਨ ਗਰਾਊਂਡਨਟ ਮੇਜ਼ ਮੱਕੀ ਮਸਟਰਡ ਵਿਚ ਆਫ ਦਾ ਅਬ ਆਰ ਦਾ ਖਰੀਫ ਕ੍ਰੋਪਸ ਹੁਣ ਦੇਖੋ ਆਇਡੈਂਟੀਫਾਈ ਕਰਨਾ ਆ ਸਕਦਾ ਤੁਹਾਨੂੰ ਤੁਹਾਨੂੰ ਡਿਟੇਲ ਚ ਪਤਾ ਹੋਣਾ ਚਾਹੀਦਾ ਤਾਂ ਇਹਦੇ ਵਿੱਚ ਕੀ ਹੈ ਰਾਜੇ ਆਪਣੇ ਕੋਲੇ ਵੀ ਕਿਹੜੀ ਕਿਹੜੀ ਫਸਲ ਆਉਗੀ ਖਰੀਫ ਦੇ ਅੰਡਰ ਆਪਾਂ ਇਹ ਦੱਸਣਾ ਹੈ ਠੀਕ ਹੈ ਤਾਂ ਇਹਦੇ ਵਿੱਚ ਜਿਹੜਾ ਆਨਸਰ ਬੰਦਾ ਰਾਜੇ ਉਹ ਬੰਦਾ ਬੀ ਇਹਦੇ ਵਿੱਚ ਆਪਣੇ ਕੋਲ ਕਾਟਨ ਵੀ ਆ ਜਾਂਦੀ ਹੈ ਸੈਕੰਡ ਨੰਬਰ ਤੇ ਆਪਣੇ ਕੋਲ ਗਰਾਊਂਡ ਨੈਟ ਵੀ ਆ ਜਾਂਦੀ ਹੈ ਪਰ ਮੱਕੀ ਨਹੀਂ ਆਉਂਦੀਗੀ ਠੀਕ ਹੈ ਸੌਰੀ ਮੱਕੀ ਆ ਜਾਂਦੀ ਹੈ ਮਸਟਰਡ ਨਹੀਂ ਆਉਂਦਾ ਆਪਣੇ ਕੋਲੇ ਠੀਕ ਹੈ ਜੀ ਜਿਹੜਾ ਮਸਟਰਡ ਹੈਗਾ ਉਹ ਨਹੀਂ ਹੈਗਾ ਅੱਗੇ ਗੱਲ ਕਰਦੇ ਹਾਂ ਜੀ ਵਿਚ ਆਫ ਦਾ ਫੋਲੋਇੰਗ ਇਜ਼ ਦਾ ਕਰੈਕਟ ਸੀਕੁਐਂਸ ਫੋਲੋਇੰਗ ਇਜ਼ ਦਾ ਕਰੈਕਟ ਸੀਕੁਐਂਸ ਆਫ ਦਾ ਕ੍ਰੌਪ ਰੋਟੇਸ਼ਨ ਵਿਦ ਦਾ ਵਿਊ ਟੂ ਇਨਕਰੀਸ ਸੋਇਲ ਫਰਟਿਲਿਟੀ ਹਨਾ ਜ਼ਮੀਨ ਦੀ ਜਾਂ ਉਪਜਾਊ ਸ਼ਕਤੀ ਵਧਾਉਣ ਵਾਸਤੇ ਆਪਾਂ ਮਤਲਬ ਕਿਹੜਾ ਰੋਟੇਸ਼ਨ ਲਵਾਂਗੇ ਕਿਹੜੀ ਫਸਲ ਦਾ ਰੋਟੇਸ਼ਨ ਲਵਾਂਗੇ ਤਾਂ ਸਾਰੀਆਂ ਪੜ੍ਹਨੀਆਂ ਪੈਣੀਆਂ ਤੁਹਾਨੂੰ ਕਹਿੰਦਾ ਵੀਟ ਪੋਟੈਟੋ ਬਾਰਲੇ ਪੀਹਾ ਪੋਟੈਟੋ ਵੀਟ ਪੀਹਾ ਬਾਰਲੇ ਬਾਰਲੇ ਪੀਹਾ ਵੀਟ ਪੋਟੈਟੋ ਪੀਹਾ ਬਾਰਲੇ ਵੀਟ ਪੋਟੈਟੋ ਹੁਣ ਦੱਸੋ ਜੀ ਤੁਸੀਂ ਕਿਹੜਾ ਲਵਾਂਗੇ ਇਹਦੇ ਵਿੱਚੋਂ ਇਹ ਬਹੁਤ ਵਧੀਆ ਕੁਐਸਚਨ ਹੈ ਥੋੜਾ ਜਿਹਾ ਦਿਮਾਗੀ ਹੈ ਤਾਂ ਦੇਖੋ ਇਹ ਲਵਾਂਗੇ ਆਪਾਂ ਜੀ ਸੀ ਦੇਖੋ ਬਾਰਲੇ ਉਸ ਤੋਂ ਬਾਅਦ ਪੀਹਾ ਵੀਟ ਤੇ ਪੋਟੈਟੋ ਠੀਕ ਹੈ ਇਹ ਆਨਸਰ ਆਊਗਾ ਅੱਗੇ ਗੱਲ ਕਰਦੇ ਹਾਂ ਜੀ ਵਿਚ ਆਫ ਦਾ ਫਾਲੋਇੰਗ ਇਜ਼ ਕਾਲਡ ਬ੍ਰਾਊਨ ਪੇਪਰ ਤਾਂ ਜੂਟ ਨੂੰ ਕਹਿੰਦੇ ਆ ਜੀ ਜੂਟ ਬ੍ਰਾਊਨ ਕਲਰ ਦਾ ਹੁੰਦਾ ਠੀਕ ਹੈ ਨੈਕਸਟ ਗੱਲ ਕਰਦੇ ਹਾਂ ਜੀ ਆਪਾਂ ਐਚ ਵਾਈ ਵੀ ਇਜ਼ ਆਲਸੋ ਨੋਨ ਇਨ ਇੰਡੀਆ ਠੀਕ ਹੈ ਹਾਈ ਜੀਲਡਿੰਗ ਵੈਰਾਈਟੀ ਨੂੰ ਕੀ ਕਹਿੰਦੇ ਆ ਜੀ ਇੰਡੀਆ ਦੇ ਵਿੱਚ ਆਲਸੋ ਨੋਨ ਐਜ਼ ਕੀ ਕਹਿੰਦੇ ਆ ਨਿਊ ਐਗਰੀਕਲਚਰ ਨਿਊ ਐਗਰੀਕਲਚਰਲ ਪਾਲਿਸੀ ਫਾਈਂਡ ਦਾ ਇਨਕਰੈਕਟ ਪੇਅਰ ਚਾਹ ਆ ਅਸਾਮ ਦੇ ਵਿੱਚ ਹੀ ਹੁੰਦੀ ਹੈ ਜੀ ਹਨਾ ਅਚਾਹ ਕਿੱਥੇ ਹੁੰਦੀ ਹੈ ਜੀ ਅਸਾਮ ਦੇ ਵਿੱਚ ਹੁੰਦੀ ਹੈ ਤੇ ਪੀਨਟ ਪਿਹਾਰ ਦੇ ਵਿੱਚ ਨਹੀਂ ਹੁੰਦਾ ਭਾਈ ਕੋਕੋਨਟ ਕੇਰਲਾ ਦੇ ਵਿੱਚ ਹੁੰਦਾ ਠੀਕ ਹੈ 슈ਗਰ ਕੈਨ ਉੱਤਰ ਪ੍ਰਦੇਸ਼ ਦੇ ਵਿੱਚ ਤਾਂ ਆ ਆ ਜੂਗਾ ਤੁਹਾਡਾ ਬੀ ਆਨਸਰ ਹੁਣ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੱਸਣਾ ਪੀਨਟ ਹੁੰਦਾ ਕਿੱਥੇ ਹੈ ਠੀਕ ਹੈ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਹਾਈ ਜੀਲਡਿੰਗ ਵੈਰਾਈਟੀ ਆਫ ਦਾ ਬੀਟ ਹਨਾ ਹਾਈ ਜੀਲਡਿੰਗ ਵੈਰਾਈਟੀ ਬੀਟ ਦੱਸਣੀ ਹੈ ਕਿਹੜੀ ਨਹੀਂ ਹੈਗੀਗੀ ਤਾਂ ਸੋਨਾਲੀ ਕਾ ਵੀ ਹੈਗੀ ਆ ਕਲਿਆਣ ਸੋਨਾ ਵੀ ਹੈਗੀ ਆ ਗਰੀਜ਼ਾ ਵੀ ਹੈਗੀ ਆ ਰਤਨਾ ਹੈਗੀ ਰਤਨਾ ਇਹਦੀ ਨਹੀਂ ਹੈਗੀ ਕਿ ਝੋਨੇ ਦੀ ਆ ਅੱਗੇ ਹੈਗਾ ਜੀ ਪੈਟ੍ਰੋਲੋਜੀ ਇਜ਼ ਦਾ ਸਟੱਡੀ ਆਫ ਠੀਕ ਹੈ ਜੀ ਇੱਕ ਇਹਦਾ ਆਨਸਰ ਕੀ ਆਊਗਾ ਜੀ ਆਪਣਾ ਰੌਕ ਦਾ ਠੀਕ ਹੈ ਚਟਾਨਾ ਰੌਕ ਕੰਕਰ ਵਿਚ ਵਨ ਮੰਗਦਾ ਫੋਲੋਇੰਗ ਪੇਅਰਸ ਆਫ ਦਾ ਸਟੇਟਸ ਇਜ਼ ਦਾ ਲੀਡਿੰਗ ਪ੍ਰੋਡਿਊਸਰ ਆਫ ਦਾ ਤਮਾਕੂ ਠੀਕ ਹੈ ਦੋ ਸਟੇਟਾਂ ਦਾ ਪੁੱਛ ਲਿਆ ਤਮਾਕੂ ਤਾਂ ਆਂਧਰਾ ਪ੍ਰਦੇਸ਼ ਤੇ ਗੁਜਰਾਤ ਠੀਕ ਹੈ ਆਂਧਰਾ ਪ੍ਰਦੇਸ਼ ਤੇ ਗੁਜਰਾਤ ਕਹਿੰਦਾ ਵਿੱਚ ਇਸ ਦਾ கரੈਕਟ ਡਿਸੈਂਡਿੰਗ ਆਰਡਰ ਆਫ ਦਾ ਰਾਈਸ ਪ੍ਰੋਡਿਊਸਿੰਗ ਸਟੇਟ ਦਾ ਰਾਈਸ ਪ੍ਰੋਡਿਊਸਿੰਗ ਦੇ ਵਿੱਚ ਸਭ ਤੋਂ ਅੱਗੇ ਤੁਹਾਨੂੰ ਪਤਾ ਹੀ ਹੈ ਵੈਸਟ ਬੰਗਾਲ ਹੈ ਫਿਰ ਉੱਤਰ ਪ੍ਰਦੇਸ਼ ਫਿਰ ਪੰਜਾਬ ਫਿਰ ਆਂਧਰਾ ਪ੍ਰਦੇਸ਼ ਨਾ ਬੋਰਡ ਨਾ ਬੋਰਡ ਸਟੈਬਲਿਸ਼ ਹੋਇਆ ਸੀਗਾ ਠੀਕ ਹੈ ਤਾਂ ਨਾ ਬੋਰਡ ਹੈ ਕੀ ਹੈ ਬੇਟਾ ਤੁਹਾਨੂੰ ਪਤਾ ਹੀ ਹੈ ਇਹਦੀ ਫੁੱਲ ਫਾਰਮ ਹੀ ਪੁੱਛ ਲੈਂਦੇ ਆ ਨੈਸ਼ਨਲ ਐਗਰੀਕਲਚਰਲ ਨੈਸ਼ਨਲ ਬੈਂਕ ਫਾਰ ਐਗਰੀਕਲਚਰਲ ਠੀਕ ਹੈ ਐਂਡ ਰੂਰਲ ਡਿਵੈਲਪਮੈਂਟ ਇਹ ਬਣਿਆ ਕਿਦੋਂ ਸੀਗਾ ਰਾਜੇ 1982 ਨੂੰ ਤੇ ਇਹਦਾ ਹੈਡਕੁਆਟਰ ਕਿੱਥੇ ਆ ਮੁੰਬਈ ਦੇ ਵਿੱਚ ਹੈ ਤਾਂ ਇਹ ਕਿਹੜੇ 5 ਇਅਰ ਪਲਾਨ ਦੇ ਅੰਡਰ ਆਇਆ ਸੀਗਾ ਇਹ ਤੁਹਾਨੂੰ ਪੁੱਛ ਰਿਹਾ ਤਾਂ ਇਹ ਆਇਆ ਸੀ ਰਾਜੇ 6ਵੇਂ 5 5 ਇਅਰ ਪਲਾਨ ਦੇ ਅੰਡਰ ਵਿਚ ਫਰਸਟ ਐਗਰੀਕਲਚਰ ਯੂਨੀਵਰਸਿਟੀ ਆਫ ਇੰਡੀਆ ਵਾਸ ਸਟੈਬਲਿਸ਼ ਕਿੱਥੇ ਹੋਈ ਸੀ ਰਾਜੇ ਪੰਤਨਗਰ ਹੋਈ ਸੀਗੀ ਠੀਕ ਹੈ ਜੀ ਇਹ ਤੁਹਾਨੂੰ ਕੁਸਚਨ ਆਇਆ ਵੀ ਹੋਇਆ ਉਤਰਾਖੰਡ ਦੇ ਵਿੱਚ ਨੈਕਸਟ ਚੱਲਦੇ ਆ ਜੀ ਆਪਾਂ ਵਿਚ ਸੈਕਟਰ ਇਜ਼ ਦਾ ਬੈਕਬੋਨ ਆਫ ਇੰਡੀਅਨ ਇਕਨੋਮੀ ਤਾਂ ਤੁਹਾਨੂੰ ਪਤਾ ਹੀ ਹੈ ਬੇਟੇ ਐਗਰੀਕਲਚਰ ਦੇ ਉੱਪਰ ਹੀ ਸਭ ਕੁਝ ਡਿਪੈਂਡਡ ਹੈ ਐਗਰੀਕਲਚਰ ਨੂੰ ਬੈਕਬੋਨ ਕਿਹਾ ਜਾਂਦਾ ਅੱਗੇ ਗੱਲ ਕਰਦੇ ਆ ਜੀ ਆਪਾਂ ਹੂ ਅਨਾਉਂਸ ਦਾ ਲਾਂਚ ਆਫ ਦਾ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਤਾਂ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਜੀ ਡਾਕਟਰ ਮਨਮੋਹਨ ਸਿੰਘ ਜੀ ਨੇ ਕੀਤਾ ਸੀਗਾ ਵੈਨ ਡਿਡ ਦਾ ਗਵਰਨਮੈਂਟ ਪ੍ਰੈਜ਼ੈਂਟ ਕਿਸਾਨ ਕ੍ਰੈਡਿਟ ਕਾਰਡ ਸਕੀਮ ਠੀਕ ਹੈ ਜੀ ਮਤਲਬ ਕਿ ਵਿਆਜ ਘੱਟ ਤੇ ਮਤਲਬ ਕਿ ਲੋਨ ਵਗੈਰਾ ਦਿੱਤੇ ਜਾਂਦੇ ਸੀਗੇ ਕਿਸਾਨ ਕ੍ਰੈਡਿਟ ਕਾਰਡ ਦੇ ਥਰੂ ਤਾਂ ਇਹ ਰਾਜੇ ਅਗਸਤ 1998 ਨੂੰ ਹੋਇਆ ਸੀ ਲਾਂਚ ਵੈਨ ਵਾਸ ਦਾ ਔਨ ਫਾਰਮਰ ਵਾਟਰ ਮੈਨੇਜਮੈਂਟ ਸਕੀਮ ਲਾਂਚ ਕਦੋਂ ਲਾਂਚ ਕੀਤੀ ਗਈ ਵਾਟਰ ਮੈਨੇਜਮੈਂਟ ਸਕੀਮ ਇਹ ਮਾਰਚ 2002 ਦੇ ਵਿੱਚ ਕੀਤੀ ਗਈ ਠੀਕ ਹੈ ਜੀ ਮਾਰਚ 2002 ਦੇ ਵਿੱਚ ਕੀਤੀ ਗਈ ਸੀਗੀ ਅੱਗੇ ਚੱਲਦੇ ਹਾਂ ਜੀ ਆਪਾਂ ਬੀਟੀ ਕਾਟਨ ਪ੍ਰੋਟੈਕਟ ਦਾ ਪ੍ਰੋਟੈਕਟ ਆਫ ਦਾ ਕਾਟਨ ਕ੍ਰੋਪ ਫਰੋਮ ਵਿਚ ਇਨਸੈਕਟ ਬੀਟੀ ਕਾਟਨ ਜਿਹੜੀ ਹੈ ਨਾ ਇਹ ਮਤਲਬ ਕਿਸੇ ਪੈਸਟ ਤੋਂ ਕੀ ਕਰਦੀ ਆ ਪ੍ਰੋਟੈਕਟ ਕਰਦੀ ਆ ਤਾਂ ਪੈਸਟ ਦਾ ਨਾਮ ਦੱਸਣਾ ਕਿਹੜਾ ਹੈਗਾ ਜੀ ਉਹ ਬੋਲਵਾਰਮ ਠੀਕ ਹੈ ਜੀ ਬੋਲਵਾਰਮ ਅੱਗੇ ਕਰਦੇ ਹਾਂ ਜੀ ਆਪਾਂ ਸੌਰੀ ਇੱਕ ਮਿੰਟ when is the national farmer day observed ਇਹ ਤਾਂ ਸੌਖਾ ਹੀ ਕੁਸ਼ਣ ਆ ਜੀ 23 ਨੂੰ ਕੀਤਾ ਜਾਂਦਾ ਅੱਗੇ ਆਗਾ ਜੀ ਨਾ ਬੋਰਡ ਵਾਸ ਐਸਟੈਬਲਿਸ਼ ਤਾਂ ਇਹ ਮੈਨੂੰ ਲੱਗਦਾ ਕੁਸ਼ਣ ਰਿਪੀਟ ਹੋ ਗਿਆ ਹੈ 6ਵੇਂ ਪਲਾਨ ਦੇ ਅੰਡਰ ਹੈ ਠੀਕ ਹੈ ਬਾਕੀ ਤੁਸੀਂ ਮੈਨੂੰ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਗ੍ਰੀਨ ਰੈਵਿਊਲੂਸ਼ਨ ਪੁੱਛ ਲੈਂਦੇ ਆ ਗ੍ਰੀਨ ਰੈਵਿਊਲੂਸ਼ਨ ਜਿਹੜਾ ਹੈਗਾ ਉਹ ਕਦੋਂ ਸਟੈਬਲਿਸ਼ ਹੋਇਆ ਸੀਗਾ ਤਾਂ ਉਹ 3rd 5 ਇਅਰ ਪਲਾਨ ਦੇ ਅੰਡਰ ਹੋਇਆ ਸੀ ਅੱਗੇ ਆਗਾ ਜੀ ਸੈਂਟਰਲ ਐਗਰੀਕਲਚਰ ਯੂਨੀਵਰਸਿਟੀ ਕਿੱਥੇ ਅਲੋਕੇਟਡ ਹੈ ਜੀ ਸੈਂਟਰਲ ਐਗਰੀਕਲਚਰ ਯੂਨੀਵਰਸਿਟੀ ਤਾਂ ਇਹ ਹੈਗੀ ਆ ਇਮਫਾਲ ਮਨੀਪੁਰ ਗ੍ਰੀਨ ਰੈਵਿਊਲੂਸ਼ਨ ਹੈਜ਼ ਬੀਨ ਮੋਸਟ ਸਕਸੈਸਫੁਲ ਫੋਰ ਤਾਂ ਦੇਖੋ ਦੋ ਫਸਲਾਂ ਵਾਸਤੇ ਹੋਈ ਸੀ ਇੱਕ ਤੱਕ ਕਣਕ ਵਾਸਤੇ ਤੇ ਇੱਕ ਝੋਨੇ ਵਾਸਤੇ ਪਰ ਉਹਨੇ ਮੋਸਟ ਪੁੱਛਿਆ ਹੈ ਨਾ ਦੋਵਾਂ ਦੇ ਵਿੱਚੋਂ ਆਪਾਂ ਨੂੰ ਚੂਜ਼ ਕਰਨਾ ਪਊਗਾ ਕਿਹਦੇ ਵਾਸਤੇ ਹੋਈ ਸੀਗੀ ਤਾਂ ਇਹ ਕਣਕ ਵਾਸਤੇ ਜ਼ਿਆਦਾ ਹੋਈ ਸੀਗੀ ਹੁਣ ਪੁੱਛ ਰਿਹਾ ਜੀ ਫੁੱਲ ਫਾਰਮ ਆਫ ਪੀਏਸੀਐਸ ਇਹ ਪੰਜਾਬ ਦੇ ਨਾਲ ਰਿਲੇਟਡ ਕੁਐਸਚਨ ਹੈ ਤਾਂ ਇਹਦੀ ਫੁੱਲ ਫਾਰਮ ਪੁੱਛ ਰਿਹਾ ਰਾਜ ਜੀ ਇਹ ਕੀ ਹੁੰਦਾ ਜੀ ਪ੍ਰਾਇਮਰੀ ਐਗਰੀਕਲਚਰਲ cooperative society اگے ਹੈਗਾ ਜੀ ਵਿਚ 1 ਆਫ ਦਾ ਫੋਲੋਇੰਗ ਪੈਸਟ ਇਜ਼ ਐਨ ਇਨਟਰੋਡਿਊਸ ਪੈਸਟ ਆਫ ਕਾਫੀ ਕਾਫੀ ਦਾ 베ਰੀ ਬੋਰਰ ਠੀਕ ਹੈ ਜੀ 베ਰੀ ਬੋਰਰ ਜਿਹੜਾ ਹੈਗਾ ਜੀ ਇਹ ਹੈਗਾ ਆਪਣੇ ਕਾਫੀ ਦਾ ਪੈਸਟ ਅੱਗੇ ਬੈਟ ਏਰੀਆ ਆਰ ਫਾਊਂਡ ਇਨ ਵਿਚ ਏਰੀਆ ਆਫ ਪੰਜਾਬ ਤਾਂ ਬੈਟ ਏਰੀਆ ਕਿੱਥੇ ਪਾਏ ਜਾਂਦੇ ਆ ਜੀ ਪੰਜਾਬ ਦੇ ਵਿੱਚ ਤਾਂ ਅਲੋਂਗ ਦਾ ਮੇਜਰ ਰਿਵਰ ਅੱਗੇ ਵਿਚ ਆਫ ਦਾ ਫੋਲੋਇੰਗ ਏਰੀਆ ਆਫ ਦਾ ਪੰਜਾਬ ਹੈਜ਼ ਦਾ ਮੈਕਸਿਮਮ ਰੇਨਫਾਲ ਮੈਕਸਿਮਮ ਰੇਨਫਾਲ ਪੰਜਾਬ ਦੇ ਵਿੱਚ ਕਿੱਥੇ ਹੁੰਦੀ ਹੈ ਰਾਜੇ ਸਬ ਮਾਊਂਟੇਨਸ ਏਰੀਆ ਦੇ ਵਿੱਚ ਡੈਸ਼ ਮੈਥਡ ਆਫ ਦਾ ਇਰੀਗੇਸ਼ਨ ਇਜ਼ ਯੂਸਫੁਲ ਫਾਰ ਕ੍ਰੌਪ ਲਾਈਕ ਕਾਟਨ ਪੋਟੈਟੋਜ਼ ਇਟਸੈਟਰਾ ਤਾਂ ਇਰੀਗੇਸ਼ਨ ਦੇ ਰਾਜੇ ਫੂਰੋ ਮੈਥਡ ਹੁੰਦਾ ਤੁਹਾਨੂੰ ਮੈਂ ਕਰਾਇਆ ਵੀ ਹੋਇਆ ਜਿਵੇਂ ਮੰਨ ਲਓ ਐਂ ਕਰਕੇ ਇਹ ਇਹਦੇ ਵਿੱਚਕਾਰ ਪਾਣੀ ਲਾਇਆ ਜਾਂਦਾ ਮੋਸਟ ਸੀਰੀਅਸ ਪੈਸਟ ਆਫ ਦਾ ਵੀਟ ਤਾਂ ਟਰਮਾਈਟ ਹੁੰਦਾ ਜੀ ਇਹ ਆ ਤੁਹਾਨੂੰ ਮੈਂ ਦਿਖਾਉ ਵੀ ਦਿਨਾ ਆ ਹੁੰਦਾ ਜੀ ਠੀਕ ਹੈ ਇਹ ਹੈਗਾ ਜੀ ਆਪਣੀ ਕਣਕ ਦਾ ਅੱਗੇ ਹੈਗਾ ਜੀ ਦਾ ਪੈਸਟ ਵਿਚ ਅਟੈਕ ਬੋਥ ਦਾ ਫੀਲਡ ਐਂਡ ਸਟੋਰੇਜ ਪਲਸਿਸ ਦਾ ਪਲਸ ਬੀਟਲ ਜਿਹੜਾ ਮਤਲਬ ਸਟੋਰੇਜ ਤੇ ਵੀ ਅਟੈਕ ਕਰਦਾ ਤੇ ਖੜੀ ਫਸਲ ਨੂੰ ਵੀ ਖਰਾਬ ਕਰਦਾ ਹੈ ਇਹ ਹੈ ਪਲਸ ਬੀਟਲ ਆ ਦੇ ਕੋਣ ਛੋਲਿਆਂ ਨੂੰ ਖਾ ਰਿਹਾ ਹੈ ਦਾ ਸਟਡੀ ਆਫ ਦਾ ਇਨਸੈਕਟ ਇਜ਼ ਨੋਨ ਐਸ ਦਾ ਸਟਡੀ ਆਫ ਇਨਸੈਕਟ ਨੂੰ ਕੀ ਕਹਿੰਦੇ ਜੀ ਐਂਟੋਮੋਲੋਜੀ ਵਿਚ ਆਫ ਦਾ ਫਾਲੋਇੰਗ ਫਰੂਟ ਹੈਜ਼ ਦਾ ਮੈਕਸਿਮਮ ਏਰੀਆ ਅੰਡਰ ਕਲਟੀਵੇਸ਼ਨ ਤੇ ਇਹ ਹੈਗਾ ਜੀ ਆਪਣੇ ਫਲਾਂ ਦਾ ਰਾਜਾ ਮੰਗੋ ਅੱਗੇ ਗੱਲ ਕਰਦੇ ਹਾਂ ਜੀ ਨਾ ਬਰਡ ਵਾਸ ਐਸਟੈਬਲਿਸ਼ ਔਨ ਦਾ ਰეკਮੈਂਡੇਸ਼ਨ ਆਫ ਸ਼੍ਰੀ ਰਵਨ ਕਮੇਟੀ ਇਹ ਸਾਰਿਆਂ ਨੂੰ ਆਉਂਦਾ ਹੀ ਹੋਊਗਾ ਆਪਾਂ ਤੁਸੀਂ ਕੋਆਪਰੇਟਿਵ ਬੈਂਕ ਦੇ ਵਿੱਚ ਵੀ ਸ਼ਾਇਦ ਪੜ ਕੇ ਗਏ ਹੋਵੋਗੇ ਅੱਗੇ ਗੱਲ ਕਰਦੇ ਹਾਂ ਜੀ ਆਪਾਂ ਨੈਕਸਟ ਨੇਮ ਦਾ ਪੈਸਟ ਠੀਕ ਹੈ ਜੀ ਕਹਿੰਦਾ ਵਿਚ ਹੈਜ਼ ਐਨ ਇੰਟਰਨੈਸ਼ਨਲ ਸਟੇਟਸ ਠੀਕ ਹੈ ਤਾਂ ਤੁਹਾਨੂੰ ਹੁਣ ਇਹ ਖਬਰਾਂ ਦੇ ਵਿੱਚ ਬਹੁਤ ਰਿਆ ਪੁੱਛਿਆ ਜਾ ਸਕਦਾ ਜਿਵੇਂ ਰਾਜਸਥਾਨ ਹਰਿਆਣਾ ਪੰਜਾਬ ਦੇ ਵਿੱਚ ਵੀ ਇਹਨੇ ਬਹੁਤ ਅਟੈਕ ਕੀਤਾ ਪੰਜਾਬ ਚ ਚਲੋ ਘਟ ਕੀਤਾ ਤਾਂ ਇਹ ਹੈਗਾ ਜੀ ਆਪਣਾ ਕਿਹੜਾ ਹੈਗਾ ਇਹ ਕਿਹੜਾ ਪੈਸਟ ਹੈਗਾ ਜੀ ਲੋਕਸ ਲੋਕਸਟ ਠੀਕ ਹੈ ਜਿਹਨੂੰ ਆਪਾਂ ਕਹਿੰਦੇ ਨੇ ਟਿੱਡੀਦਲ ਪੰਜਾਬੀ ਵਿੱਚ ਕਹਿੰਦੇ ਨੇ ਟਿੱਡੀਦਲ ਠੀਕ ਹੈ ਇਹ ਮਤਲਬ ਕਿ ਅ ਮਤਲਬ ਕਿ ਝੋਨੇ ਦੇ ਵਿੱਚ ਹਮਲਾ ਕਰਦਾ ਤੇ ਬਹੁਤ ਇੱਕੋ ਦਮ ਫਸਲ ਨੂੰ ਸਾਰੀ ਫਸਲ ਨੂੰ ਕੀ ਕਰ ਦਿੰਦਾ ਖਰਾਬ ਕਰ ਦਿੰਦਾ ਇੰਟਰਨੈਸ਼ਨਲ ਸਟੇਟਸ ਤਾਈਂ ਦਿੱਤਾ ਗਿਆ ਇਹਨੂੰ ਅੱਗੇ ਹੈਗਾ ਜੀ ਕਹਿੰਦਾ ਡੈਫਟ ਟੌਪ ਦਾ ਕਲਟੀਵੇਟਿਡ ਸੋਇਲ ਕਿੰਨੀ ਕਿ depth ਰੱਖਣੀ ਚਾਹੀਦੀ ਹੈ ਕਲਟੀਵੇਟਡ ਸੋਇਲ ਵਾਸਤੇ ਤਾਂ ਇਹਦਾ ਆਨਸਰ ਆਏਗਾ ਜੀ ਤੁਹਾਡਾ 15 ਸੈਂਟੀਮੀਟਰ ਅੱਗੇ ਹੈਗਾ ਜੀ ਇਹ ਵੈਲ ਡਿਵੈਲਪਡ ਸੋਇਲ ਇਹ ਕਹਿੰਦਾ ਵੀ ਸਭ ਤੋਂ ਵਧੀਆ ਸੋਇਲ ਜਿਹੜੀ ਵੈਲ ਡਿਵੈਲਪ ਹੋਊਗੀ ਉਹਦੇ ਵਿੱਚ ਕੀ ਕੀ ਚੀਜ਼ਾਂ ਹੋਣਗੀਆਂ ਇਹ ਪੁੱਛ ਰਿਹਾ ਤੁਹਾਨੂੰ ਤਾਂ ਇਹਦਾ ਰਾਈਟ ਆਨਸਰ ਕੀ ਬਣਦਾ ਬੇਟੇ ਇਹਦੇ ਵਿੱਚ A ਹਰੀਜਨ ਵੀ ਹੋਊਗਾ B ਵੀ C ਵੀ ਮਤਲਬ ਸਾਰਾ ਕੁਝ ਹੀ ਹੋਊਗਾ ਤਾਂ ਇਹ ਪੜ੍ਹ ਲਿਓ ਰਾਜੇ ਸਭ ਤੋਂ ਟੌਪ ਮੋਸਟ ਜਿਹੜੀ ਲੇਅਰ ਹੁੰਦੀ ਉਹਨੂੰ O ਹਰੀਜਨ ਕਹਿੰਦੇ ਉਸ ਤੋਂ ਬਾਅਦ A ਫਿਰ E ਫਿਰ B ਫਿਰ C ਫਿਰ D R ਸੌਰੀ ਬੈਡ ਰੌਕਸ ਇਹ ਸਾਰੇ ਪੜ ਲੈਣੇ ਆ ਤੁਸੀਂ ਅੱਗੇ ਆ ਗਏ ਜੀ ਇੰਡੀਅਨ ਫੋਰੈਸਟ ਐਕਟ ਇਹ ਕਦੋਂ ਪਾਸ ਕੀਤਾ ਗਿਆ ਇੰਡੀਅਨ ਫੋਰੈਸਟ ਐਕਟ ਤਾਂ ਇਹ ਕੀਤਾ ਗਿਆ ਸੀ ਰਾਜੇ ਆਪਣਾ 1927 ਨੂੰ ਨੈਕਸਟ ਚੱਲਦੇ ਆ ਜੀ ਆਪਾਂ ਦਾ ਐਗਰੀਕਲਚਰਲ ਦਾ ਐਗਰੀਕਲਚਰ ਐਂਡ ਫਾਰਮਿੰਗ ਫ੍ਰੈਂਡਲੀ ਇੰਡੈਕਸ ਕੌਣ ਲਾਂਚ ਕਰਦਾ ਜੀ ਇਹ ਕਰਦਾ ਜੀ ਨੀਤੀ ਆਯੋਗ ਕੌਣ ਕਰਦਾ ਜੀ ਇਹ ਨੀਤੀ ਆਯੋਗ ਕਰਦਾ ਹੈ ਤਾਂ ਨੀਤੀ ਆਯੋਗ ਦੀ ਫੁੱਲ ਫਾਰਮ ਵੀ ਪੁੱਛੀ ਆ ਜਾਂਦੀ ਹੁੰਦੀ ਹੈ ਨੈਸ਼ਨਲ institution for transforming india ਇਹ ਬਟੇ 2015 ਚ ਬਣਿਆ ਸੀਗਾ ਠੀਕ ਹੈ ਅਗਿਆਗਾ ਜੀ ਵਿੱਚ সেন্ট্রਲ ਐਗਰੀਕਲਚਰ ਯੂਨੀਵਰਸਿਟੀ ਹੈਜ਼ ਦਾ ਓਨਲੀ ਮਲਟੀ ਸਟੇਟ ਯੂਨੀਵਰਸਿਟੀਆਂ ਵਿਦ ਦਾ ਮੈਨੀ ਕਾਲਜਸ ਹਨਾ ਤਾਂ 21 ਬਈ ਇੰਪੋਰਟ ਹੈ ਤਾਂ ਹੀ ਮੈਂ ਸਭ ਤੋਂ ਲਿਖਿਆ ਹੋਇਆ ਇੰਪੋਰਟ ਹੈ ਠੀਕ ਹੈ ਤਾਂ ਇਹਦਾ ਰਾਈਟ ਆਨਸਰ ਕੀ ਬਣ ਜੂਗਾ ਰਾਜ ਇਹਦਾ ਡੀ ਬਣ ਜੂਗਾ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀ ਆਫ ਇਮਫਾਲ ਮਨੀਪੁਰ ਅੱਗੇ ਹੈਗਾ ਜੀ ਕਹਿੰਦਾ ਰਿਜ਼ਰਵ ਬੈਂਕ ਆਫ ਇੰਡੀਆ ਕਾਲਜ ਆਫ ਦਾ ਐਗਰੀਕਲਚਰ ਬੈਂਕਿੰਗ ਲੋਕੇਟਿਡ ਔਨ ਵਿਚ ਸਟੇਟ ਠੀਕ ਹੈ ਜੀ ਤਾਂ ਏ ਹੈਗਾ ਜੀ ਤੁਹਾਡਾ 177 ਦਾ ਹੈਗਾ ਡੀ ਆਨਸਰ ਮਹਾਰਾਸ਼ਟra ਦੇ ਵਿੱਚ ਮਹਾਰਾਸ਼ਟra ਦੇ ਵਿੱਚ ਅੱਗੇ ਹੈਗਾ ਜੀ ਪਾਣੀ ਬਚਾਓ ਪੈਸਾ ਕਮਾਓ ਇਹ ਆ ਪੁੱਛਿਆ ਜਾ ਸਕਦਾ ਕਰੰਟ ਦਾ ਕੁਐਸਚਨ ਹੈ ਪਾਣੀ ਬਚਾਓ ਪੈਸਾ ਕਮਾਓ ਕਿਹਨੇ ਲਾਂਚ ਕੀਤੀ ਹੈ ਇਹ ਪੰਜਾਬ ਨੇ ਲਾਂਚ ਕੀਤੀ ਹੈ ਸਕੀਮ ਠੀਕ ਹੈ ਕਿਉਂਕਿ ਪੰਜਾਬ ਦਾ ਲੈਵਲ ਥੱਲੇ ਜਾ ਰਿਹਾ ਹੈ ਨਾ ਕਾਫੀ ਹੁਣ ਪਾਣੀ ਦਾ ਤਾਂ ਕਰਕੇ ਅੱਗੇ ਹੈਗਾ ਜੀ ਇੱਕ ਜਰਨਲ ਆਉਂਦਾ ਇੰਡੀਅਨ ਹਾਰਟੀਕਲਚਰ ਇਹ ਕੌਣ ਪਬਲਿਸ਼ ਕਰਦਾ ਭਾਈ ਇਹਨੂੰ ਠੀਕ ਹੈ ਤਾਂ ਇਹਨੂੰ ਪਬਲਿਸ਼ ਕਰਦੀ ਆ ICAR ਠੀਕ ਹੈ ਜੀ ਇੰਡੀਅਨ ਕਾਉਂਸਲ ਆਫ ਅਗਰੀਕਲਚਰ ਰਿਸਰਚ ਇਹ ਕਰਦੇ ਲਾਂਚ ਅੱਗੇ ਹੈਗਾ ਜੀ ਕਵੀਨ ਆਫ ਦਾ ਨਰਸ ਕਵੀਨ ਆਫ ਦਾ ਨਰਸ ਕਿਹੜੀ ਫਸਲ ਨੂੰ ਕਿਹਾ ਜਾਂਦਾ ਰਾਜੇ ਕਵੀਨ ਆਫ ਦਾ ਨਰਸ ਠੀਕ ਹੈ ਜੀ ਤਾਂ ਇਹ ਹੈਗਾ ਜੀ ਤੁਹਾਡਾ ਪੀਨਟ मूंगਫਲੀ ਨੂੰ ਕਹਿੰਦੇ ਆ मूंगਫਲੀ ਨੂੰ ਕਹਿੰਦੇ ਆ ਅੱਛਾ ਜੀ ਰਾਜਾ ਕਿਹਨੂੰ ਕਹਿੰਦੇ ਆ ਰਾਜਾ ਕਿਹਨੂੰ ਕਹਿੰਦੇ ਆ ਠੀਕ ਹੈ ਤਾਂ ਇਹ ਕਹਿੰਦੇ ਆ ਜੀ ਵਾਲਨਟ ਨੂੰ ਠੀਕ ਹੈ ਇਹ ਰਾਜਾ ਤੇ ਪੀਨੜ ਕੀ ਹੈ ਰਾਣੀ ਅੱਗੇ ਹੈਗਾ ਜੀ ਕਿੰਗ ਆਫ ਦਾ ਐਰਿਡ ਫਰੂਟ ਤਾਂ ਇਹ ਹੈਗਾ ਜੀ ਬੇਰ ਅੱਗੇ ਗੱਲ ਕਰਦੇ ਆ ਜੀ ਵਿਚ ਸਟੇਟ ਇਜ਼ ਨੋਨ ਐਸ ਦਾ ਐਪਲ ਬੋਇਲ ਬੌਲ ਬੌਲ ਐਪਲ ਬਾਊਲ ਹੈਗਾ ਜੀ ਆਪਣਾ ਹਿਮਾਚਲ ਪ੍ਰਦੇਸ਼ ਠੀਕ ਹੈ ਸਟੇਟ ਦੀ ਗੱਲ ਹੋ ਰਹੀ ਹੈ ਨਾ ਜੰਮੂ ਕਸ਼ਮੀਰ ਨਹੀਂ ਆਊਗਾ ਹਿਮਾਚਲ ਪ੍ਰਦੇਸ਼ ਆਊਗਾ ਅੱਗੇ ਆ ਕੇ ਕਹਿੰਦਾ 슈ਗਰ ਕੇਨ ਪਲੱਸ ਪੋਟੈਟੋ ਇਜ਼ ਦਾ ਐਨ ਇੰਟਰ ਕ੍ਰੋਪਿੰਗ ਸਿਸਟਮ ਠੀਕ ਹੈ 슈ਗਰ ਕੇਨ ਪਲੱਸ ਪੋਟੈਟੋ ਲਾਵਾਂਗੇ ਤਾਂ ਇਹ ਕਿਹੜਾ ਹੈਗਾ ਭਾਈ ਸਿਸਟਮ ਜਿਹੜਾ ਆਪਾਂ ਕਰਦੇ ਪਏ ਆ ਆਟਮ ਹੈ ਜੀ ਆਟਮ ਸੀਜ਼ਨ ਅੱਗੇ ਐਸਿਡ ਰੇਨ ਕੰਟੇਨ ਮੇਨਲੀ ਐਸਿਡ ਰੇਨ ਦੇ ਵਿੱਚ ਦੇਖੋ ਹੁਣ ਦੋ ਚੀਜ਼ਾਂ ਹੁੰਦੀਆਂ ਕਿ ਤਰ ਨਾਈਟ੍ਰੋਜਨ ਆਕਸਾਈਡ ਹੁੰਦਾ ਆਪਾਂ ਕਹਿ ਦਿੰਦੇ ਜਿਹਨੂੰ ਐਨਓ2 ਇਹ ਹੁੰਦਾ ਜੀ ਨਾਈਟ੍ਰੋਜਨ ਡਾਈਆਕਸਾਈਡ ਤੇ ਇੱਕ ਚੀਜ਼ ਇਹਦੇ ਵਿੱਚ ਹੋਰ ਹੁੰਦੀ ਰਾਜੇ ਜਿਹਨੂੰ ਆਪਾਂ ਜਿਹੜਾ ਕੁਐਸਚਨ ਆਇਆ ਵੀ ਸੀ ਤੁਹਾਨੂੰ ਐਸਿਡ ਡレイン ਵਾਲਾ ਉਹ ਹੈਗਾ ਜੀ ਸਲਫਰ ਡਾਈਆਕਸਾਈਡ ਅੱਗੇ ਗੱਲ ਕਰਦੇ ਆ ਬੱਚੇ ਕਹਿੰਦਾ ਵਿਚ ਆਫ ਦਾ ਫੋਲੋਇੰਗ ਪੈਸਟੀਸਾਈਡ ਹੈਜ਼ ਬੈਨਡ ਇਨ ਇੰਡੀਆ ਤਾਂ ਡੀ ਡੀ ਟੀ ਇਹ ਪੋਲਿਊਸ਼ਨ ਬਹੁਤ ਫਲਾਉਂਦਾ ਰਾਜੇ 에ਅਰ ਦੇ ਵਿੱਚ ਵੀ ਮਿੱਟੀ ਦੇ ਵਿੱਚ ਸਭ ਪਾਸੇ ਪੋਲਿਊਸ਼ਨ ਬਹੁਤ ਹੁੰਦਾ ਡੀ ਡੀ ਟੀ ਹੁੰਦਾ ਕਿ ਇਹ ਰਾਜ ਡਾਈ ਡਾਈ ਕਲੋਰੋ ਠੀਕ ਹੈ ਡਾਈ ਫਾਈਲ ਡਾਈ ਫਾਈਲ ਫਾਈਨਾਈਲ ਤੇ ਟ੍ਰਾਈ ਕਲੋਰੋ ਟ੍ਰਾਈ ਕਲੋਰੋ ਇਥੇਨ ਇਹ ਡੀ 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 ਦੀ ਫੁੱਲ ਫਾਰਮ ਹੈ ਇਸ ਵਿੱਚ ਜਿਹੜੜੀਆਂ ਚੀਜ਼ਾਂ ਹੁੰਦੀਆਂ ਅੱਗੇ ਆ ਗਿਆ ਜੀ ਦਾ ਫਸਟ ਕ੍ਰਿਸ਼ੀ ਵਿਗਿਆਨ ਕੇਂਦਰ ਇੰਡੀਆ ਦੇ ਵਿੱਚ ਕਿੱਥੇ ਸਟੈਬਲਿਸ਼ ਕੀਤਾ ਗਿਆ ਸੀਗਾ ਪਹਿਲਾ ਕ੍ਰਿਸ਼ੀ ਵਿਗਿਆਨ ਕੇਂਦਰ ਤਾਂ ਇਹ ਰਾਜੇ ਪੋਡੂਚਰੀ ਦੇ ਵਿੱਚ ਕੀਤਾ ਗਿਆ ਸੀ ਅੱਗੇ ਆ ਗਿਆ ਜੀ ਕਹਿੰਦਾ ਇਹ ਸੇਮ ਕੁਐਸਚਨ ਪੁੱਛ ਰਿਹਾ ਐਸਓ2 ਤੇ ਐਨਓ2 ਪੋਲੂਸ਼ਨ ਕਹਿੰਦਾ ਬਾਈ ਇਨਕਰੀਜ਼ ਮਤਲਬ ਜਿਹੜਾ ਐਸਓ2 ਆ ਤੇ ਐਨਓ2 ਆ ਐਨਓ2 ਆ ਪ੍ਰੋਡਿਊਸ ਕਰਦੇ ਆ ਪੋਲੂਸ਼ਨ ਕਾਦੇ ਕਰਕੇ ਕਰਦੇ ਆ ਮਤਲਬ ਕਿਸ ਚੀਜ਼ ਕਰਕੇ ਤਾਂ ਇਹਦਾ ਆਨਸਰ ਆਏਗਾ ਜੀ ਤੁਹਾਡਾ ਐਸਿਡਿਟੀ ਠੀਕ ਹੈ ਮਤਲਬ ਕਿ ਉਹੀ ਜਿਹੜੇ ਐਸਿਡ ਰੇਨ ਹੁੰਦੀ ਹੈ ਨਾ ਉਹਦਾ ਕਾਰਨ ਮੰਨਦੇ ਆ ਓਜ਼ੋਨ ਲੇਅਰ ਕਹਿੰਦਾ ਫਾਊਂਡ ਹੁੰਦੀ ਹੈ ਬਟ ਕਿਹੜੇ ਸਫੀਅਰ ਦੇ ਵਿੱਚ ਫਾਊਂਡ ਹੁੰਦੀ ਹੈ ਜਿਹੜੀ ਓਜ਼ੋਨ ਲੇਅਰ ਹੈਗੀ ਹੈ ਤਾਂ ਇਹ ਜਿਹੜੇ ਓਜ਼ੋਨ ਲੇਅਰ ਥੋੜੀ ਸਟੈਟੋਸਫੀਅਰ ਦੇ ਵਿੱਚ ਪਾਈ ਜਾਂਦੀ ਹੈ ਅੱਗੇ ਹੈਗਾ ਜੀ ਕਹਿੰਦਾ ਕ੍ਰਿਟੀਕਲ ਸਟੇਜ ਆਫ ਦਾ ਇਰੀਗੇਸ਼ਨ ਇਨ ਦਾ ਕਾਪੀਆ ਕ੍ਰਿਟੀਕਲ ਸਟੇਜ ਕਿਹੜੀ ਹੋਊਗੀ राजे ਇਹਦੇ ਵਿੱਚ ਕਾਪੀਆ ਦੇ ਵਿੱਚ ਤਾਂ ਇਹਦਾ राजे ਆਨਸਰ ਬਣ ਜੂਗਾ ਤੁਹਾਡਾ ਜਦੋਂ ਫਲਾਵਰਿੰਗ ਹੁੰਦੀ ਹੈ ਜਾਂ ਜਦੋਂ ਮਤਲਬ ਕਿ ਫੌਲ ਬਣ ਰਿਹਾ ਹੁੰਦਾ ਪੋੜ ਬਣ ਰਿਹਾ ਹੁੰਦਾ ਅੱਗੇ ਹੈ ਜੀ ਵਿਚ ਆਫ ਦਾ ਇੰਡੀਅਨ ਸਟੇਟ ਇਜ਼ ਕਾਲਡ ਸੋਇਆ ਸਟੇਟ ਸੋਇਆ ਸਟੇਟ ਹੁਣ ਕਿਹਨੂੰ ਕਿਹਾ ਜਾਂਦਾ ਰਾਜੇ ਤੁਸੀਂ ਆਨਸਰ ਕਰਨਾ ਹੈ ਹੈਗਾ ਜੀ ਮੱਧਿਆ ਪ੍ਰਦੇਸ਼ ਐਮ ਪੀ ਤੇ ਅੱਜ ਦਾ ਲਾਸਟ ਕੁਐਸਚਨ ਹੈ ਰਾਜੇ ਫਾਦਰ ਆਫ ਦਾ ਫੂਡ ਪ੍ਰੋਸੈਸਿੰਗ ਫੂਡ ਪ੍ਰੋਸੈਸਿੰਗ ਹੁੰਦਾ ਵੀ ਕਿਸੇ ਵੀ ਜਿਹੜੇ ਐਗਰੀਕਲਚਰ ਪ੍ਰੋਡਕਟ ਨੂੰ ਨਾ ਮਤਲਬ ਕਿ ਲੌਂਗ ਟਰਮ ਵਾਸਤੇ ਆਪਾਂ ਪ੍ਰੀਜ਼ਰਵ ਕਰਕੇ ਰੱਖਣਾ ਤਾਂ ਉਹਨੂੰ ਫੂਡ ਪ੍ਰੋਸੈਸਿੰਗ ਕਹਿੰਦੇ ਆ ਕਨਵਰਟ ਕਰਨ ਨੂੰ ਠੀਕ ਹੈ ਤਾਂ ਆਪਾਂ ਮੂਲ ਵੀ ਬਦ ਲੈ ਸਕੀਏ ਤਾਂ ਕਰਦੇ ਆਪਾਂ ਤਾਂ ਇਹਦਾ ਅੰਤਰ ਹੈਗਾ ਜੀ ਨਿਕੋਲਸ ਅਪੋਟ ਠੀਕ ਹੈ 1810 ਦੇ ਵਿੱਚ ਇਹਨੇ ਕੀ ਕੀਤਾ ਸੀਗਾ ਫੂਡ ਪ੍ਰੋਸੈਸਿੰਗ ਦਾ ਫਾਦਰ ਮੰਨਿਆ ਜਾਂਦਾ ਤੇ ਇੱਕ ਕੋਸ਼ਿਸ਼ ਕੀਤੀ ਹੈ ਬੇਟੇ ਵੀ ਤੁਹਾਡੀ ਵੱਤ ਵਾਤ ਹੈਲਪ ਹੋ ਸਕੇ ਕੁਝ ਕੰਡੀਸ਼ਨਾਂ ਇਦਾਂ ਦੇਆਂ ਸੀਗੀਆਂ ਤੇ ਜਿੰਨੀ ਸੇਵਾ ਹੈਗੀ ਆ ਰਾਜੇ ਨੇ ਪ੍ਰਵਾਨ ਕਰਿਓ ਤੇ ਬਾਕੀ ਨਾ ਕਾਫੀ ਬੱਚੇ 네ਗੇਟਿਵ ਹੋ ਜਾਂਦੇ ਆ ਕੁਝ ਆਨਸਰ ਕੀ ਗਲਤ ਆਉਣ ਦੇ ਨਾਲ ਤੇ ਕੁਝ ਪਟਵਾਰੀ ਦਾ ਪੇਪਰ ਕੁਝ ਕਹਿ ਦਿੰਦੇ ਜੀ ਪੋਸਟਪੋਨ ਹੋ ਜਾਂਦੇ ਆ ਮਤਲਬ ਕਿ ਬੱਚੇ ਬਹੁਤ ਜਲਦੀ 네ਗੇਟਿਵ ਹੋ ਜਾਂਦੇ ਆ ਤੇ ਬੇਟੇ ਉਸ ਪਰਮਾਤਮਾ ਤੇ ਪ੍ਰੋਸਸਰ ਰੱਖਿਆ ਕਰੋ 네ਗੇਟਿਵ ਨਾ ਹੋਇਆ ਕਰੋ ਕਿਉਂਕਿ ਅੱਜ ਦੇ ਜਿਹੜਾ ਟਾਈਮ ਚੱਲ ਰਿਆ ਨਾ ਇਹਦੇ ਵਿੱਚ 네ਗੇਟਿਵਿਟੀ ਬਹੁਤ ਆ ਕਿਉਂਕਿ ਕਿਸੇ ਬੰਦੇ ਕੋਲੇ ਨਾ ਕਿਸੇ ਨਾਲ ਗੱਲ ਕਰਨ ਦਾ ਟਾਈਮ ਨਹੀਂ ਹੈਗਾਗਾ ਫੈਮਿਲੀ ਚ ਵੀ ਆਪਾਂ ਗੱਲਬਾਤ ਕਾਟੀ ਕਰਦੇ ਆ ਆਪਾਂ ਫੋਨ ਤੇ ਆਪਣੀ ਲਾਈਫ ਰਹਿ ਗਈ ਆ ਫੇਕ ਲਾਈਫ ਆਪਾਂ ਜੀ ਰਹੇ ਆ ਸੋਸ਼ਲ ਮੀਡੀਆ ਲਾਈਫ ਸਟੇਟਸ ਤਾਂ ਪਾ ਦਿੰਨੇ ਆ ਜੀ ਮੈਂ ਬਹੁਤ ਹੈਪੀ ਆਂ ਜੀ ਮੈਂ ਇੱਥੇ ਚੱਲਿਆ ਗਿਆ ਜੀ ਮੈਂ ਆਹ ਖਾ ਲਿਆ ਜੀ ਉਹ ਕਰ ਲਿਆ ਜੀ ਬਟ ਜਿਹੜਾ ਗੱਲਬਾਤ ਆਪਾਂ ਆਪਣੇ ਮਾਪੇ ਨਾਲ ਭੈਣ ਭਰਾਵਾਂ ਨਾਲ ਸਾਂਝੀ ਕਰ ਸਕਦੇ ਆ ਉਹ ਆ ਤੇ ਚਿੰਤਾ ਨਹੀਂ ਕਰਨੀ ਕੀ ਦੇਖੋ ਮਿਹਨਤ ਕਰਨਾ ਆਪਣਾ ਫਰਜ਼ ਆ ਬਾਕੀ ਤਾਂ ਪਰਮਾਤਮਾ ਦੇ ਹੱਥ ਹੀ ਹੈ ਤੇ ਤੁਹਾਡੇ ਨਾਲ ਮੈਂ ਇੱਕ ਸ਼ੇਅਰ ਕਰ ਰਿਹਾ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਹੀ ਮਤਲਬ ਕਿ ਮਹਾਰਾਜ ਆਪ ਬੋਲ ਕੇ ਕਹਿੰਦੇ ਆ ਦੇਖੋ ਕਹਿੰਦੇ ਵੀ ਮਾਥੇ ਜੋ ਧੁਰ ਲਿਖਿਆ ਸੋ ਮੇਟ ਨਾ ਸਕੇ ਕੋਏ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੇ ਜਿਸ ਨੂੰ ਨਦਰ ਹੋਏ ਹੁਣ ਇਹ ਵੀ ਚੀਜ਼ ਜਿਹੜੀ ਹੈਗੀ ਆ ਕੋਈ ਕੋਈ ਸਮਝ ਸਕਦਾ ਜਿਹਨੂੰ ਪਰਮਾਤਮਾ ਨੇ ਮਤਲਬ ਕਿ ਜਿਹਨੂੰ ਪਰਮਾਤਮਾ ਨੇ ਜਿਹਦੇ ਉੱਤੇ ਮੇਰ ਹੋ ਗਈ ਆ ਉਹੀ ਬੰਦਾ ਸਮਝ ਸਕਦਾ ਜਿਹੜਾ ਇਸ ਚੀਜ਼ ਨੂੰ ਸਮਝ ਗਿਆ ਰਾਜੇ ਉਹ ਕਦੇ ਦੁਖੀ ਨਹੀਂ ਹੁੰਦਾਗਾ ਠੀਕ ਹੈ ਕਦੇ ਦੁਖੀ ਨਹੀਂ ਹੁੰਦਾ ਹੁਣ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਰੱਬ ਦਾ ਨਾਮ ਲੈਨੇ ਆ ਤੁਹਾਨੂੰ ਦੁੱਖ ਨਹੀਂ ਆਊਗਾ ਦੁੱਖ ਤੁਹਾਨੂੰ ਆਊਗਾ ਦੁੱਖ ਸੁੱਖ ਤਾਂ ਜ਼ਿੰਦਗੀ ਦੇ ਦੋ ਪਹੀਏ ਨੇ ਰਾਜੇ ਨਾਲ-ਨਾਲ ਹੀ ਚੱਲਣੇ ਨੇ ਠੀਕ ਹੈ ਨਾਲ-ਨਾਲ ਹੀ ਚੱਲਣੇ ਨੇ ਇਹਦਾ ਮਤਲਬ ਇਹ ਤੁਹਾਨੂੰ ਮੈਂ ਦੱਸ ਦਿੰਨਾ ਇਹਦਾ ਮਤਲਬ ਕੀ ਹੈ ਵੀ ਜਿਹੜੇ ਕਹਿੰਦਾ ਵੀ ਆਪਣੇ ਜੋ ਕਰਮਾ ਨਾ ਕਰਮ ਹੁਣ ਇਹ ਨਹੀਂ ਹੈਗੇ ਜਿਹੜੇ ਆਪਾਂ ਹੁਣ ਕਰ ਰਹੇ ਆ ਆਪਾਂ ਦੇ ਪਿਛਲੇ ਜਨਮ ਦੇ ਕਰਮ ਵੀ ਆਪਣੇ ਨਾਲ ਹੁੰਦੇ ਨੇ ਹੁਣ ਦੇ ਤੇ ਚਲੋ ਜਿਹੜੇ ਆਪਾਂ ਕਰ ਰਹੇ ਆ ਉਹ ਤਾਂ ਹੈਗੇ ਹੈਗੇ ਆ ਤਾਂ ਉਹਨੂੰ ਕੋਈ ਮਟਾ ਨਹੀਂ ਸਕਦਾਗਾ ਜੋ ਜੋ ਮਹਾਰਾਜ ਨੇ ਲਿਖਤਾ ਉਹ ਹੋਣਾ ਹੀ ਹੋਣਾ ਹੁਣ ਮੰਨ ਲਓ ਇਹਦਾ ਮਤਲਬ ਇਹਨੂੰ ਨੈਗੇਟਿਵ ਨਾ ਕਰ ਲਿਓ ਵੀ ਹਾਂ ਆਪਾਂ ਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ ਜੋ ਹੋਣਾ ਉਹ ਤਾਂ ਹੋ ਹੀ ਜਾਊਗਾ ਨਹੀਂ ਮੈਂ ਹੁਣ ਕੀ ਪਤਾ ਮਹਾਰਾਜ ਨੇ ਤੁਹਾਡੇ ਕਰਮਾਂ ਦੇ ਵਿੱਚ ਇਹੀ ਲਿਖਿਆ ਹੋਊਗਾ ਵੀ ਤੁਸੀਂ ਵੱਧ ਮਿਹਨਤ ਕਰੋਗੇ ਤੁਹਾਨੂੰ ਤਾਂ ਜੌਬ ਮਿਲੂਗੀ ਕਈ ਕਈਆਂ ਨੇ ਲਿਖਿਆ ਹੁੰਦਾ ਘੱਟ ਮਿਹਨਤ ਕਰਦੇ ਉਹਨਾਂ ਨੂੰ ਜਲਦੀ ਜੌਬ ਮਿਲ ਜਾਂਦੀ ਹੈ ਉਹਦਾ ਕਾਰਨ ਇਹੀ ਹੁੰਦਾ ਕਿ ਉਹਨਾਂ ਨੇ ਪਿਛਲੇ ਕਰਮ ਦੇ ਵਿੱਚ ਪਿਛਲੇ ਜਨਮ ਦੇ ਵਿੱਚ ਕੋ ਚੰਗੇ ਕਰਮ ਕੀਤੇ ਹੋਏ ਆ ਠੀਕ ਹੈ ਹੁਣ ਤੁਹਾਨੂੰ ਮੈਂ ਦੱਸਦਾ ਹਾਂ ਰੀਸੈਂਟਲੀ ਮੈਨੂੰ ਵੀ ਬੜੇ ਮੁੱੱਚੇ ਦੇ ਮੈਸੇਜ ਆਇਆ ਕਿ ਸਰ ਤੁਹਾਡੇ ਤੇ ਨਾ ਬਹੁਤ ਮੁਸੀਬਤਾਂ ਆਉਂਦੀਆਂ ਤਾਂ ਬੇਟੇ ਕੀ ਪਤਾ ਮੈਂ ਕਿੰਨੇ ਕੁ ਮਾੜੇ ਕਰਮ ਕੀਤੇ ਹੋਣਗੇ ਹੁਣ ਦੇਖੋ ਥੋੜੇ ਦਿਨ ਪਹਿਲਾਂ ਮੈਂ ਮਾਤਾ ਜੀ ਬਿਮਾਰ ਸੀਗੇ ਫਿਰ ਮੈਂ ਵੀ ਵਿੱਚੋਂ ਬਿਮਾਰ ਰਿਆ ਕੱਲ ਪਰਸੋਂ ਮਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਕੱਲ ਤੇ ਕਾਫੀ ਚਲੋ ਨੁਕਸਾਨ ਹੋ ਗਿਆ ਕੋਈ ਗੱਲ ਨਹੀਂ ਜੋ ਕੁਝ ਹੈਗਾ ਪ੍ਰਮਾਤਮਾ ਦਾ ਦਿੱਤਾ ਹੀ ਹੈਗਾ ਜੇ ਉਹਨੇ ਖੋਹ ਲਿਆ ਫਿਰ ਕੀ ਹੈ ਤੇ ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਹੁਣ ਦੇਖੋ ਇੱਕ ਗੱਲ ਹੈਗੀ ਹੈ ਆਪਾਂ ਨਾ ਗੱਡੀ ਲੈਣੇ ਨਵੀਂ ਗੱਡੀ ਲੈ ਲੈਣੇ ਆ ਜਾਂ ਆਪਾਂ ਘਰ ਲੈ ਲੈ ਨਾ ਆਪਾਂ ਕਹਿ ਦਿੰਦੇ ਮਾਲਕ ਵੀ ਇਹ ਤੂੰ ਦਿੱਤਾ ਹੈ ਬਹੁਤ ਚੰਗੀ ਗੱਲ ਹੈ ਪਰ ਤੂੰ ਪੂਰੀ ਤੱਕ ਨਹੀਂ ਕੋਈ ਪੜਦਾਗਾ ਪੂਰੀ ਤੱਕ ਪੂਰੀ ਗੁਰਬਾਣੀ ਪੜੇ ਤਾਂ ਫਿਰ ਕਦੇ ਬੰਦਾ ਦੁਖੀ ਨਹੀਂ ਹੋ ਸਕਦਾ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਫਰਮਾਉਂਦੇ ਨੇ ਗੁਰੂ ਨਾਨਕ ਦੇਵ ਜੀ ਕਿ ਦੁਖ ਭੂਖ ਸਦਮਾਰ ਇਹ ਵੀ ਦਾਤ ਤੇਰੀ ਦਤਾਰ ਵੀ ਜਦੋਂ ਆਪਾਂ ਗੱਡੀ ਲੈ ਲਈ ਉਹਦੇ ਤਾਂ ਆਪਾਂ ਕਹਿ ਦਿੰਦੇ ਆ ਵੀ ਇਹ ਦਾਤਾ ਤੇਰੀ ਦਤਾਰ ਹੈ ਜਦੋਂ ਆਪਾਂ ਘਰ ਲੈ ਲਿਆ ਉਹਦੇ ਵੀ ਕਹਿ ਦਿੰਦੇ ਆ ਜਦੋਂ ਕੋਈ ਬੱਚਾ ਨਵਾਂ ਪੈਦਾ ਹੁੰਦਾ ਘਰੇ ਉਹਦੇ ਵੀ ਕਹਿ ਦਿੰਦੇ ਆ ਪਰ ਜਦੋਂ ਦੁੱਖ ਆਉਂਦਾ ਵੀ ਪਤਾ ਕੀ ਕੀ ਕਹਿੰਨੇ ਆ ਵੀ ਸਾਨੂੰ ਕਿਉਂ ਆਇਆ ਅਸੀਂ ਤਾਂ ਤੈਨੂੰ ਬਹੁਤ ਪੁੱਛਦੇ ਆਂ ਤੈਨੂੰ ਮੱਥਾ ਵੀ ਟੇਕਦੇ ਆਂ ਗੁਰਦੁਆਰੇ ਵੀ ਜਾਂਦੇ ਆਂ ਮੰਦਰ ਵੀ ਜਾਂਦੇ ਆਂ ਮਸਜਿਦ ਵੀ ਜਾਂਦੇ ਆਂ ਸਾਨੂੰ ਦੁੱਖ ਕਿਉਂ ਆਇਆ ਤੇ ਫਿਰ ਮਹਾਰਾਜ ਦੀ ਜਿਹੜੀ ਗੁਰਬਾਣੀ ਫਿਰ ਉਹਨੂੰ ਵੀ ਤੁਸੀਂ ਝੂਠਾ ਸ਼ਬਦ ਕਰ ਰਹੇ ਹੋ ਨਹੀਂ ਦੁੱਖ ਸੁੱਖ ਤਾਂ ਜਿੰਦਗੀ 'ਚ ਆਉਣੇ ਹੀ ਆਉਣੇ ਆ ਠੀਕ ਹੈ ਤਾਂ ਇਹ ਗੁਰਬਾਣੀ ਦੀ ਤੁੱਕ ਤੱਕ ਜੇ ਤੁਸੀਂ ਮਨ 'ਚ ਬਿਠਾ ਲਓ ਕਿ ਦੁੱਖ ਭੂਖ ਸਦਮਾਰ ਇਹ ਵੀ ਦਾ ਤੇਰੀ ਦੇ ਤਾਰ ਜਿਹੜਾ ਬੰਦਾ ਇਹ ਚੀਜ਼ ਸਮਝ ਗਿਆ ਰਾਜੇ ਉਹਦੀ ਜ਼ਿੰਦਗੀ 'ਚ ਕਦੇ ਦੁੱਖ ਨਹੀਂ ਹੋਊਗਾ ਚਾਹੇ ਜਿਹੜੀ ਮਰਜ਼ੀ ਕੰਡੀਸ਼ਨ ਆ ਜਾਏ ਤੇ ਜਿੰਨਾ ਮਰਜ਼ੀ ਵੱਡਾ ਦੁੱਖ ਆ ਜਾਏ ਤਾਂ ਇਸ ਕਰਕੇ ਨੈਗੇਟਿਵ ਨਾ ਹੋਇਆ ਕਰੋ ਦੇਖੋ ਮਿਹਨਤ ਕਰਨ ਆਪਣਾ ਫਰਜ਼ ਹੈ ਜੇ ਆਪਾਂ ਪਟਵਾਰੀ ਨਹੀਂ ਲੱਗੇ ਕਿ ਬਤਾ ਆਪਾਂ ਤਹਿਸੀਲਦਾਰ ਲੱਗਣਾ ਹੋਵੇ ਜੇ ਤਹਿਸੀਲਦਾਰ ਨਹੀਂ ਲੱਗੇ ਦੇਖੋ ਜੇ ਨਈ ਵੀ ਜੋਬ ਮਿਲਦੀ ਆਪਾਂ ਨੂੰ ਜ਼ਿੰਦਗੀ 'ਚ ਕਦੇ ਇਹ ਅਫਸੋਸ ਤਾਂ ਨਹੀਂ ਰਹੂਗਾ ਕਿ ਅਸੀਂ ਟਰਾਈ ਨਹੀਂ ਕੀਤਾਗਾ ਜੇ ਆਪਾਂ ਟਰਾਈ ਨਹੀਂ ਕਰਾਂਗੇ ਤਾਂ ਮੰਨ ਲਓ ਕੱਲ ਨੂੰ ਆਪਾਂ ਕੁਝ ਵੀ ਕੰਮ ਕਰਦੇ ਆਂ ਬਿਜ਼ਨਸ ਕਰਦੇ ਆਂ ਕੋਈ ਪ੍ਰਾਈਵੇਟ ਜੋਬ ਕਰਦੇ ਆਂ ਆਪਣੇ ਮਨ 'ਚ ਰਹੂਗਾ ਤਾਂ ਇਸ ਕਰਕੇ ਚਿੰਤਾ ਨਾ ਕਰਿਆ ਕਰੋ ਜ਼ਿੰਦਗੀ ਬੜੀ ਛੋਟੀ ਹੈ ਇੱਕ ਵਾਰੀ ਮਿਲੀ ਹੈ ਯਾਰ ਇਹਨੂੰ ਇੰਜੋਏ ਕਰੋ ਇਹ ਜ਼ਿੰਦਗੀ ਨੂੰ ਅੰਜਵਾਏ ਵੀ ਕਰੋ ਆਪਣਾ ਸੀਰੀਅਸ ਵੀ ਰਹੋ ਆਪਣੇ ਮਾਪੇ ਦੀ ਸੇਵਾ ਵੀ ਕਰੋ ਆਪਣੇ ਭੈਣ ਭਰਾਵਾਂ ਦੀ ਕਰੋ ਚੰਗੇ ਕਰਮ ਕਰੋ ਕਿ ਇਹ ਜੇ ਕਰਮ ਕਰਕੇ ਜਾਓ ਕਿ ਜਾਨ ਲੱਗੇ ਲੋਕ ਤੁਹਾਨੂੰ ਯਾਦ ਕਰਨਗੇ ਯਾਰ ਚੰਗਾ ਬੰਦਾ ਸੀਗਾ ਯਾਰ ਠੀਕ ਹੈ ਤਾਂ ਜਿਆਦਾ ਸਮਾਂ ਨਾਲ ਲੈਂਦੇ ਹੋਏ ਬੇਟੇ ਟਾਈਮ ਵੀ ਬਹੁਤ ਘੱਟ ਹੈ ਥੋੜੇ ਤੋਂ ਮੈਂ ਇਜਾਜ਼ਤ ਲੈ ਰਿਹਾ ਤੇ ਬਾਕੀ ਮੈਨੂੰ ਨਾ ਕਾਫੀ ਬੱਚਿਆਂ ਦੇ ਆ ਰਹੇ ਸੀਗੇ ਕੰਪਿਊਟਰ ਦਾ ਮੈਂ ਕੋਈ ਗੱਲ ਨਹੀਂ ਜਿਹੜਾ ਅਸਿਸਟੈਂਟ ਕਨਸਟੇਬਲ ਦਾ ਹੈਗਾ ਆਪਾਂ ਕੋਈ ਗੱਲ ਨਹੀਂ ਉਹ ਜਲਦੀ ਸਿਲੇਬਸ ਕਵਰ ਕਰਾਂਗੇ ਤਾਂ ਸ਼ੁਕਰੀਆ ਜੀ ਤੁਹਾਨੂੰ ਤਹਿ ਦਿਲ ਤੋਂ ਬਹੁਤ ਬਹੁਤ ਜ਼ਿਆਦਾ ਤੁਹਾਨੂੰ ਵਿਸ਼ੇਸ ਹੈ ਪਰਮਾਤਮਾ ਸਰਬਦਾ ਭਲਾ ਕਰੇ ਜਿ ਤੁਸੀਂ ਜਿੰਨੀ ਮਿਹਨਤ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਦੁੱਗਣਾ ਕੀ ਦੇਵੇ ਉਹਦਾ ਫਲ ਦੇਵੇ ਤੇ ਜਲਦੀ ਤੁਸੀਂ ਮੈਨੂੰ ਆ ਕੇ ਕੁਝ ਖ਼ਬਰੀ ਸੁਣਾਓ ਠੀਕ ਹੈ ਜੀ ਤਾਂ ਬੈਸਟ ਆਫ ਲੱਕ ਰਾਜੇ ਤੁਹਾਨੂੰ ਦਿਲ ਤੋਂ ਬਹੁਤ ਸਾਰੀਆਂ ਦਵਾਵਾਂ ਨੇ ਸਭ ਨੂੰ ਠੀਕ ਹੈ ਜੀ ਮੇਰੇ ਛੋਟੇ ਭੈਣ ਭਰਾਵਾਂ ਨੂੰ ਤਾਂ ਪਰਮਾਤਮਾ ਤੁਹਾਡੇ ਨੂੰ ਸਫਲਤਾ ਬਖਸ਼ੇ ਧੰਨਵਾਦ ਸਰਬਦਾ ਭਲਾ ਬਾਬਾ ਮਿਹਰ ਕਰੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਬੜਾ ਚੰਗੀ ਲੱਗੇ ਤਾਂ ਠੀਕ ਹੈ ਜੀ ਜ਼ਰੂਰ ਲਾਈਕ ਕਰਿਓ